ਉਹ ਡਾਂ ਮੈਂ ਡਿੱਗ ਪਈ ਸੀ, ਟੁੱਟ ਗਿਆ ਸੀ, ਇੱਦਾਂ ਨਹੀਂ ਹੁੰਦੀ ਵੀ ਇੱਦਾਂ ਮਸਾਂ ਚੱਕਦੀ, ਆਉਂਗੀ ਵੀ ਇੱਦਾਂ ਅੱਛਾ ਫਿਰ ਅੱਬੇ ਨੇ ਕਹਿਣਾ ਕਿ ਮਰ ਜਾਣੀ ਘਰ ਚਲੀ ਜਾਓ ਹਾਂ ਨਿਕਲੋ ਹੁਣ ਬਾਹਰ ਨਾ ਅੱਛਾ ਹੁਣ ਘਰ ਜਾਓ ਫਿਰ ਅਸੀਂ ਘਰ ਜਾਣ ਰਾਤ ਨੂੰ ਸਾਰੀ ਰਾਤ ਖੇਲਣਾ ਇੱਕ ਵਾਰੀ ਮੇਰੀ ਦਾਦੀ ਨੂੰ ਕੁੰਡਾ ਲਾ ਲਿਆ ਕਹਿੰਦੀ ਅੱਜ ਬਣ ਨਹੀਂ ਦੇਣੀ ਘਰ ਸਵੇਰ ਨੂੰ ਫਿਰ ਉੱਠਦੀ ਨਹੀਂ ਰਾਤ ਨੂੰ ਖੇਲਦੀ ਰਹਿੰਦੀ ਤਾਏ ਕਾ ਘਰ ਸੀ ਸਰੀਕੇ ਚੋਂ ਅੱਬੇ ਦਾ ਭਰਾ ਉਹ ਤਾਈ ਨਾ ਤਾਈ ਜੂਣੀ ਨੇ ਦਰਵਾਜ਼ਾ ਖੁੱਲ੍ਹਾ ਰੱਖਿਆ ਛੱਤਾਂ ਹੁੰਦੀਆਂ ਸੀ ਇੱਦਾਂ ਵੀ ਇੱਥੋਂ ਤੋਰ ਕੇ ਉਹ ਲੰਬੜਾਂ ਦੇ ਘਰ ਤਾਂ ਇੱਕੋ ਹੀ ਇੱਕ ਕੋਠੇ 'ਤੇ ਚੜ੍ਹ ਸਾਰੇ ਹੀ ਫਿਰਿਆ ਸਾਰੇ ਫਿਰ ਛੱਤਾਂ ਇਕੱਠੀਆਂ ਰਲਦੀਆਂ ਹਾਂ ਇਕੱਠੀਆਂ ਰਲਦੀਆਂ ਹੁੰਦੀਆਂ ਹੁਣ ਫਿਰ ਉੱਥੋਂ ਦੀ ਮੈਨੂੰ ਪੌੜੀ ਚੜ੍ਹਾਇਆ ਅਤੇ ਫਿਰ ਮੈਂ ਆਪਦੇ ਘਰ ਜਾ ਕੇ ਉਤਰੀ ਜਾ ਕੇ ਪੈ ਗਈ ਅੱਛਾ ਸਵੇਰ ਨੂੰ ਸੁੱਤੀ ਪਈ ਉੱਠਾ ਨਾ ਮੇਰੀ ਦਾਦੀ ਗੋਤ ਪਾੜ ਕੇ ਖਿੱਚੇ ਹੁਣ ਉੱਠਦੀ ਨਹੀਂ ਸਾਰੀ ਰਾਤ ਫਿਰਦੀ ਆ ਕਿੱਥੇ ਜਮਾਨੇ ਸੀ ਉਹ ਕਿੱਥੇ ਦਿਨ ਨਿਕਲ ਗਏ ਹੁਣ ਉੱਥੋਂ ਤਾਂ ਹੀ ਬੱਚੀ ਨੂੰ ਕੋਈ ਬਾਹਰ ਨਹੀਂ ਨਿਕਲਣ ਦਿੰਦਾ ਜਮਾਨੇ ਹੀ ਇੱਦਾਂ ਦੇ ਬੜੇ ਸੋਹਣੇ ਜਮਾਨੇ ਸੀ ਬੜੇ ਸੋਹਣੇ ਦਿਨ ਨਿਕਲ ਬਹੁਤ ਸੋਹਣੇ ਬੜੀ ਐਸ਼ ਕੀਤੀ ਬੜਾ ਖੇਡਿਆ ਇੱਕ ਸਾਡੇ ਪਿੰਡ ਦੇ ਵਿੱਚ ਨਾ ਪਤਾ ਨਹੀਂ ਉਹ ਜਲਾਹੀ ਸੀ ਕਿ ਤੇਲਣ ਸੀ ਕੌਣ ਸੀ ਮੋਚਣ ਸੀ ਉਹ ਬੇਵਾ ਹੋਈ ਹੋਈ ਸੀ ਉਹਦਾ ਬੰਦਾ ਮਰਿਆ ਹੋਇਆ ਸੀ ਦੋ ਧੀਆਂ ਸੀ ਸਰਦੀਆਂ ਨੂੰ ਵੀ ਨਾ ਖੇਲਣੋਂ ਹਟਣਾ ਓਨ ਬਾਲਣ ਇਕੱਠਾ ਕਰ ਲੈਣਾ ਦਿਨ ਨੂੰ ਰਾਤ ਨੂੰ ਸਾਨੂੰ ਧੂਣੀ ਲਾ ਦੇਣੀ ਜਾ ਕੇ ਉਹ ਧੂਣੀ ਛੇਕਣੀ ਉਹਦੇ ਕੋਲ ਬਹਿਣਾ ਓਨ ਕਹਿਣਾ ਕੁੜੀਆਂ ਆਉਣਗੀਆਂ ਦੋ ਉਹਦੀਆਂ ਧੀਆਂ ਹੁੰਦੀਆਂ ਸੀ ਨਾਲ ਉੱਥੇ ਅਸੀਂ ਅੱਗ ਛੇਕਣੀ ਜਾ ਕੇ ਉਹਨੂੰ ਆਹ ਹੁੰਦਾ ਸੀ ਵੀ ਕੁੜੀਆਂ ਲਾਉਣਾ ਮੈਂ ਬਾਲਣ ਇਕੱਠਾ ਕਰ ਲਵਾਂ ਰੋਟੀ ਵੀ ਪਕਾ ਕੇ ਰੱਖੀ ਹੋਣੀ ਇਹਨਾਂ ਨੂੰ ਭੁੱਖ ਲੱਗੂ ਖੇਲਦੀਆਂ ਨੂੰ ਵੀ ਖਾ ਲੈਣਗੀਆਂ ਇੰਨੀ ਉਹ ਚੰਗੀ ਹੁੰਦੀ ਸੀ ਫਿਰ ਮੇਰੀ ਦਾਦੀ ਕਹਿੰਦੀ ਵੀ ਤੁਸੀਂ ਜੇ ਜਾਨੀ ਹੋ ਉਹਨੂੰ ਦੁੱਖ ਦਿੰਦੀ ਹੋ ਉਹਨੂੰ ਫਿਰ ਅਸੀਂ ਦੁੱਧ ਲਿਜਾਣ ਲੱਗ ਗਈ ਕੋਈ ਦੁੱਧ ਲਿਜਾਣ ਲੱਗ ਗਈ ਕੋਈ ਗੁੜ ਲੈ ਜਾਇਆ ਕਰੇ ਕੋਈ ਚਾਹ ਲੈ ਜਾਇਆ ਕਰੇ ਫਿਰ ਉਹਨੂੰ ਚਾਹ ਪਕਾ ਕੇ ਪਿਲਾਉਣੀ ਸਾਨੂੰ ਮੈਂ ਆਪ ਪੀਣੀ ਨਾ ਆਪਦੀਆਂ ਕੁੜੀਆਂ ਨੂੰ ਪਾਉਣ ਜੇ ਕਿਸੇ ਨੇ ਸ਼ਾਦੀ ਕਰਨੀ ਤਾਂ ਸਾਰਾ ਪਿੰਡ ਇੱਕ ਥਾਂ ਇਕੱਠਾ ਜੇ ਮਰਗ ਹੋ ਗਈ ਕਿਸੇ ਨੇ ਚੁੱਲ੍ਹੇ 'ਚ ਅੱਗ ਨਹੀਂ ਪਾਉਣੀ ਇੰਨਾ ਸੋਗ ਕਰਦੀ ਹੁੰਦੀ ਸੀ ਹੁਣ ਪਤਾ ਹੀ ਨਹੀਂ ਹੁਣ ਤਾਂ ਗੁਆਂਢੀਆਂ ਨੂੰ ਨਹੀਂ ਪਤਾ ਲੱਗਦਾ ਗੁਆਂਢੀਆਂ ਨੂੰ ਨਹੀਂ ਪਤਾ ਲੱਗਦਾ ਇੱਧਰ ਜਨਾਜ਼ਾ ਪਿਆ ਇੱਧਰ ਪਕਾਉਂਦੇ ਖਾਂਦੇ ਇੰਨਾ ਹੁੰਦਾ ਸੀ ਹੁਣ ਜ਼ਮਾਨਾ ਹੀ ਹੋਰ ਬਸ ਹੁਣ ਪੜ੍ਹਾ ਲਓ ਬੱਚਿਆਂ ਨੂੰ ਬਸ ਜਿੰਨਾ ਵੀ ਹੈਗਾ ਬੱਚੇ ਜਿਹੜੇ ਜ਼ਰਾ ਪੜ੍ਹ ਗਏ ਆਪਦੇ ਕੋਈ ਚੰਗੇ ਹੋ ਗਏ ਉਹਨਾਂ ਦੇ ਵੀ ਉਹਨਾਂ ਦੇ ਹੀ ਰਿਸ਼ਤੇ ਹੁੰਦੇ ਆ ਸਹੀ ਦੋਇਆਂ ਨੂੰ ਕੋਈ ਪੁੱਛਦਾ ਨਹੀਂ ਇੱਦਾਂ ਦੇ ਜ਼ਮਾਨੇ ਆ ਗਏ ਅੱਛਾ ਅੱਬੇ ਦੇ ਨਾਲ ਤਾਂ ਕਦੀ ਤੁਸੀਂ ਸ਼ਹਿਰ ਵੀ ਗਏ ਸੀ ਕੋਈ ਮੇਲਾ ਸ਼ੇਲਾ ਦੇਖਣ ਲਈ ਅੱਬਾ ਲੈ ਕੇ ਗਏ ਨਹੀਂ ਮੇਲਾ ਦੇਖਣ ਨਹੀਂ ਸੀ ਅਸੀਂ ਜਾਂਦੇ ਹੁੰਦੇ ਤਲਵੰਡੀ ਮੇਲਾ ਲੱਗਦਾ ਹੁੰਦਾ ਸੀ ਅਸੀਂ ਫਿਰ ਕੁੜੀਆਂ ਇਕੱਠੀਆਂ ਹੋ ਕੇ ਚਲੀਆਂ ਜਾਂਦੀਆਂ ਹੁੰਦੀਆਂ ਇੱਕ ਵਾਰੀ ਅਸੀਂ ਗਈਆਂ ਤੇ ਮੇਰਾ ਅੱਬਾ ਗਿਆ ਹੋਇਆ ਸੀ ਮੇਲੇ ਉਹਨ ਸਾਨੂੰ ਦੇਖ ਲਿਆ ਫਿਰ ਸਾਨੂੰ ਲੈ ਕੇ ਗਿਆ ਇੱਕ ਦੁਕਾਨ 'ਤੇ ਉੱਥੋਂ ਫਿਰ ਸਾਨੂੰ ਜਲੇਬੀਆਂ ਖਿਲਾਈਆਂ ਨਾ ਚਾਹ ਪਿਲਾਈ ਸਾਰੀਆਂ ਕਹਿੰਦਾ ਮਰ ਜਾਓ ਤੁਸੀਂ ਵੀ ਮਗਰੇ ਹੀ ਆ ਗਈਆਂ ਅਸੀਂ ਮੈਂ ਕਿਹਾ ਅੱਬਾ
ਅਸੀਂ ਵੀ ਤੇ ਮੇਲਾ ਦੇਖਣਾ ਹੀ ਸੀ। ਬਹੁਤ ਦੁਨੀਆਂ ਹੁੰਦੀ ਸੀ, ਤਲਵੰਡੀ ਲੱਗਦਾ ਹੁੰਦਾ ਸੀ, ਬਹੁਤ ਦੁਨੀਆਂ ਹੁੰਦੀ ਸੀ, ਬੁੜੀਆਂ ਬੰਦੇ ਇੰਨੇ ਹੁੰਦੇ ਸੀ, ਤੋਹਫ਼ਾ ਬਹੁਤ ਭਰਦਾ ਸੀ ਮੇਲਾ। ਕੁਛ ਨਹੀਂ ਸੀ ਹੁੰਦਾ, ਦੁਕਾਨਾਂ ਹੀ ਲੱਗੀਆਂ ਹੁੰਦੀਆਂ ਸੀ, ਨਾ ਵੀ ਜੇ ਕੋਈ ਕਵੇ ਗਾਣੇ ਆ ਜਾਂ ਕੁਛ ਵਾ, ਨਹੀਂ ਏਦਾਂ ਦਾ ਕੁਛ ਨਹੀਂ ਸੀ ਹੁੰਦਾ। ਸ਼ਾਮ ਨੂੰ ਘਰ ਆ ਜਾਂਦੇ ਸੀ, ਮੇਲਾ ਉੱਡ ਜਾਂਦਾ ਹੁੰਦਾ ਸੀ। ਆਪਣੇ ਪਿੰਡ ਵਿੱਚ ਰੇਡੀਓ ਸੀਗਾ ਕਿਸੇ ਕੋਲ? ਨਾ ਨਾ, ਉਦੋਂ ਰੇਡੀਓ ਕਿੱਥੇ ਹੁੰਦੇ ਸੀ, ਨਾ ਰੇਡੀਓ ਨਾ ਟੀਵੀ ਨਾ ਕੁਛ, ਨਾ ਇਦਾਂ ਦੀ ਕੋਈ ਕਤਾ। ਉਹ ਇੱਕ ਤਵੇ ਵਾਲੀ ਮਸ਼ੀਨ ਕਹਿੰਦੇ ਸੀ ਜਿਹਨੂੰ ਰਿਕਾਰਡ ਜਿਹੜਾ ਵਜਾਉਂਦੇ ਸੀ, ਅਦਾ ਸੂਈ ਤੇ ਰੱਖਦੇ ਸੀ? ਨਹੀਂ ਨਹੀਂ, ਸਾਡੇ ਪਿੰਡ 'ਚ ਉਹ ਵੀ ਨਹੀਂ ਸੀ। ਅੱਛਾ, ਤੇ ਪਿੰਡ ਵਿੱਚ ਹਕੀਮ ਸੀਗਾ ਕੋਈ? ਹਕੀਮ, ਹਾਂ ਹਕੀਮ ਸਾਡੇ ਪਿੰਡ ਸੀਗਾ, ਜਿਹੜਾ ਉਹ ਦਵਾਈ ਦਿੰਦਾ ਹੁੰਦਾ ਸੀ, ਪਰ ਨਬਜ਼ ਨੁਬਜ਼ ਨਹੀਂ ਸੀ ਦੇਖਦਾ ਹੁੰਦਾ, ਉੱਦਾਂ ਹੀ ਕੋਈ ਮਾੜੀ ਮੋਟੀ ਦਵਾਈ ਦੇ ਦਿੰਦਾ ਸੀ, ਕਿਸੇ ਨੂੰ ਬੁਖਾਰ ਬਖੂਰ ਹੁੰਦਾ ਸੀ ਠੀਕ ਹੋ ਜਾਂਦਾ ਸੀ। ਉਹ ਜ਼ਮਾਨੇ ਹੀ ਇੱਦਾਂ ਦੇ, ਕੋਈ ਡਾਕਟਰ ਨਹੀਂ, ਕੋਈ ਟੀਕੇ ਦਾ ਨਹੀਂ ਸੀ ਪਤਾ ਵੀ ਇਹ ਟੀਕਾ ਵੀ ਲਾਉਂਦੇ, ਕੁਛ ਨਹੀਂ ਸੀ। ਅੱਛਾ, ਤੁਸੀਂ ਆਪਣੇ ਉੱਥੇ ਦੇਖਿਆ ਕਦੀ ਕਿਸੇ ਸਿਆਸੀ ਲੀਡਰ ਨੂੰ ਦੇਖਿਆ ਹੋਵੇ ਕੋਈ ਤਕਰੀਰ ਕਰਨ, ਜਿਵੇਂ ਕਾਇਦੇ ਆਜ਼ਮ, ਲਿਆਕਤ ਅਲੀ ਖਾਨ? ਨਹੀਂ ਨਹੀਂ, ਇਹਨਾਂ 'ਚੋਂ ਕੋਈ ਆਇਆ ਹੋਵੇ? ਨਹੀਂ ਨਹੀਂ, ਕੈਂਪ 'ਚ ਦੇਖੇ। ਅੱਛਾ, ਕਿੱਥੇ ਕਰਕੇ ਦੇਖਿਆ? ਕੈਂਪ 'ਚ ਦੇਖੇ ਆ, ਉਹ ਵੀ ਅੰਮ੍ਰਿਤਸਰ ਆ ਕੇ ਜਦੋਂ ਉੱਜੜ ਕੇ ਆਏ, ਅੰਮ੍ਰਿਤਸਰ ਦੇਖੇ ਜਾਂ ਫਿਰ ਲਾਹੌਰ ਆ ਕੇ ਦੇਖੇ। ਅੰਮ੍ਰਿਤਸਰ ਕੌਣ ਆਇਆ ਸੀਗਾ ਜਦੋਂ ਉੱਜੜ ਕੇ ਆਏ? ਨਹੀਂ, ਉੱਥੇ ਕੈਂਪ 'ਚ ਕਿਹੜਾ ਲੀਡਰ ਆਇਆ ਸੀਗਾ? ਇਹ ਨਹੀਂ ਪਤਾ ਕਿਹੜਾ ਆਇਆ ਸੀ, ਆਏ ਸੀ। ਅੱਛਾ ਅੱਛਾ, ਹਾਂ ਆਏ ਸੀਗੇ, ਲਾਹੌਰ ਵੀ ਆਏ ਸੀ। ਅੱਛਾ, ਲਾਹੌਰ, ਲਾਹੌਰ ਵੀ ਆਏ ਸੀ। ਉੱਥੇ ਲਾਹੌਰ ਫਿਰ ਛਾਵਾਂ ਛੂਵਾਂ ਦਿੱਤੀਆਂ ਨਾ? ਹੈਂ, ਲਾਹੌਰ ਕੈਂਪ ਦੇ ਵਿੱਚ ਲਾਹੌਰ ਦੇਣਾ ਕੀ ਸੀ? ਆਟਾ, ਆਟਾ ਪੀ ਕੇ ਲਗਾਏ ਹੋਏ ਸੀ ਬੋਰੀਆਂ, ਉਹ ਇੱਦਾਂ ਬੁੱਕ ਭਰ ਭਰ ਪੱਲਿਆਂ 'ਚ ਪਾਈ ਜਾਂਦੇ ਸੀ, ਉਹ ਸਾਡੇ ਵਰਗੇ ਐਂ ਪੱਲੇ ਕਰਕੇ ਆਟਾ ਪਵਾ ਕੇ ਪੱਲਿਆਂ 'ਚ ਲੈ ਆਉਂਦੇ ਸੀ, ਲਿਆ ਕੇ ਘਰ ਮਾਵਾਂ ਨੂੰ ਦਿੱਤਾ, ਮਾਵਾਂ ਨੂੰ ਗੁੰਨ ਕੇ ਪਕਾ ਕੇ ਖਵਾ, ਜਦੋਂ ਜਿੱਥੇ ਕੈਂਪ ਲੱਗਾਇਆ ਸੀ ਉੱਥੇ ਲਿਆ ਆਟਾ ਜਾਂ ਚੌਲ ਐਂ ਬੁੱਕ ਭਰ ਕੇ ਇੱਕ ਦੇ ਪੱਲੇ 'ਚ ਪਾ ਇੱਦਾਂ ਦਿੰਦੇ ਸੀ। ਜੇ ਰੋਟੀਆਂ ਵੀ ਲਿਆਉਂਦੇ ਹੁੰਦੇ ਸੀ, ਰੋਟੀ ਕਿਸੇ ਨੂੰ ਲੱਭਦੀ ਸੀ ਕਿਸੇ ਨੂੰ ਨਹੀਂ ਸੀ ਲੱਭਦੀ, ਇੱਦਾਂ ਕੋਈ। ਹੁਣ ਜਿਹੜੇ ਸਾਡੇ ਵਰਗੇ ਨਿਆਣੇ ਵਿੱਚ ਜਿਹਨਾਂ ਨੂੰ ਜਿਹੜੇ ਤਕੜੇ ਸੀ ਉਹ ਰੋਟੀਆਂ ਫੜ ਕੇ ਖੋਹ ਕੇ ਲੈ ਜਾਂਦੇ ਸੀ, ਜਿਹੜੇ ਸਾਡੇ ਵਰਗੇ ਸੀ ਉਹ ਖੜ੍ਹੇ ਦੇਖਦੇ ਰਹਿ ਜਾਂਦੇ ਸੀ, ਫਿਰ ਆਟਾ ਦੇਣ ਲੱਗ ਗਏ ਸੀ। ਆਟਾ ਫਿਰ ਲਿਆ ਕੇ ਮਾਵਾਂ ਨੂੰ ਦੇ ਦੇਈਦਾ ਸੀ, ਮਾਵਾਂ ਫਿਰ ਪਕਾ ਦਿੰਦੀਆਂ ਸੀ। ਤਕੜਾ 'ਚ ਰਹੇ ਸੀ ਲਾਹੌਰ, ਕੈਂਪ ਲੱਗਾ ਰਿਹਾ ਸੀ, ਫਿਰ ਮਗਰੋਂ ਉੱਥੋਂ ਆਏ ਹਾਂ। ਬਹੁਤ ਤੁਰ ਤੁਰ ਕੇ, ਤੁਰ ਕੇ ਹੀ ਸਾਰਾ ਸਫ਼ਰ ਕੀਤਾ, ਜਿਉਂ ਆਪਦੇ ਪਿੰਡ 'ਚੋਂ ਤੁਰੇ ਹਾਂ, ਤੁਰ ਕੇ ਹੀ ਆ ਦੇ ਆ ਜਿਹੜੀ 19 ਚੱਕ 'ਚ ਤੁਰ ਕੇ ਆ ਗਏ ਸੀ, ਤੁਰ ਕੇ ਗਏ ਸੀ, ਨਾ ਕੋਈ ਗੱਡੀ ਨਾ ਬੱਸ, ਅਸੀਂ ਕੁਛ ਨਹੀਂ ਲਿਆ, ਤੁਰ ਕੇ ਮੈਂ ਸਾਰਾ ਸਫ਼ਰ ਤੁਰ ਕੇ ਹੀ ਕੀਤਾ ਸੀ। ਪਿੰਡ 'ਚ ਫਿਰ ਕਦੀ ਪਿੱਛੇ ਮੁੜ ਕੇ ਗਿਆ ਨਹੀਂ ਦੇਸਾਂ 'ਚ? ਨਹੀਂ, ਸਾਡੇ 'ਚੋਂ ਕੋਈ ਨਹੀਂ ਗਿਆ, ਜਿਹੜਾ ਮੇਰਾ ਤਾਇਆ ਬਣਿਆ ਆ ਸੀ ਉਹ ਆਉਂਦਾ ਹੁੰਦਾ ਸੀ ਮਗਰ ਕੈਂਪ 'ਚ, ਮੇਰੇ ਅੱਬੇ ਨੂੰ ਕਹਿਣਾ ਵੀ ਤੂੰ ਹਜੂਰਾ ਸੀ ਉਹ ਆਹ ਬੋਲ ਦੇ ਲੈ ਜਾ, ਸਲਾਮਾਂ ਲੇਕਮ ਕੀ ਹਾਲ ਆ, ਅਤੇ ਉਹਨ ਕਹਿਣਾ ਨਹੀਂ ਸ਼ਾਦੀ ਨਾ ਤੂੰ ਬੋਲ ਦੇ ਲੈ ਜਾ, ਤੂੰ ਜਾ ਕੇ ਆਪਦੀ ਵਾਹੀ ਕਰੀ ਤੇਰਾ ਕੰਮ ਤੁਰ। ਉਹ ਬੋਲਦ ਫਿਰ ਜਦੋਂ ਸਾਨੂੰ ਅੰਮ੍ਰਿਤਸਰ ਲੰਘ ਕੇ ਹਮਲਾ ਪਿਆ, ਉੱਥੇ ਵਡਾਂਗਾ ਪਿਆ, ਬੋਲਦ ਉੱਥੇ ਖੁੰਝ ਗਏ, ਤੁਸੀਂ ਕਿੱਥੇ ਰਹਿਣਾ ਜੀ? ਉੱਥੇ ਤਾਇਆ ਆਇਆ ਮਗਰ, ਆ ਕੇ ਮੇਰੇ ਭਰਾ ਦੀ ਜੇਬ 'ਚ 700 ਰੁਪਈਆ ਪਾ ਕੇ ਗਿਆ, ਹਜ਼ੂਰਾ ਸਿੰਘ ਜੇਬ 'ਚ ਪਾ ਗਿਆ,
ਉਹਨ ਸਾਡੇ ਘਰ ਨੂੰ ਜੰਦਾ ਲਾਤਾ ਸੀ, ਕੋਈ ਲੋਟੀ ਕਰਨ ਵਾਲਾ ਨਹੀਂ ਸੀ ਬਣ ਦਿੱਤਾ। ਉਹਨ ਫਿਰ ਕਿਹਾ ਸੀਗਾ ਵੀ ਸ਼ਾਦੀ ਨਾ ਜਦੋਂ ਜਿੱਥੇ ਜਾ ਕੇ ਪੱਕੀ ਜਗ੍ਹਾ 'ਤੇ ਤੂੰ ਬਹਿ ਗਿਆ ਉੱਥੋਂ ਮੈਨੂੰ ਖਾਤ ਪਾਈ। ਠੀਕ ਆ, ਉੱਥੋਂ ਅੱਬੇ ਨੇ ਫਿਰ ਖਾਤ ਪਾਇਆ। ਅਸੀਂ ਜਦੋਂ ਜਿਸ ਵੇਲੇ 22 'ਚ ਸਾਨੂੰ ਜ਼ਮੀਨ ਮਿਲ ਗਈ, ਅਸੀਂ ਉੱਥੇ ਬਹਿ ਗਏ ਟੇਕੇ, ਉੱਥੋਂ ਫਿਰ ਖਾਤ ਪਾਇਆ। ਫਿਰ ਤਾਏ ਦਾ ਖਾਤ ਆਇਆ, ਫਿਰ ਉਹਦੇ ਖਾਤ ਦਾ ਜਵਾਬ ਦਿੱਤਾ। ਅੱਬੇ ਨੇ ਫਿਰ ਦੱਸਿਆ ਵੀ ਹਜੂਰਾ ਸਿਓਂ ਜਿਹੜੀ ਮੇਰੇ ਘਰ ਦੇ ਵਿੱਚ ਲਟੈਣ ਆ ਵੱਡੀ, ਉਹਦੇ ਵਿੱਚ ਆਹ ਨਿਸ਼ਾਨੀ ਆ, ਉਹਦੇ ਵਿੱਚ ਗੁੱਲਾ ਦਿੱਤਾ ਆ ਪੈਸੇ ਰੱਖ ਕੇ। ਉਹ ਪੈਸੇ ਕੱਢ ਲਈ, ਉਹ ਤਾਏ ਨੇ ਫਿਰ ਉਹ ਕੱਢੇ ਪੈਸੇ ਉੱਥੋਂ ਕੱਢ ਕੇ, ਤੇ ਫਿਰ ਉਹ ਸਾਨੂੰ ਨਾ ਚੈੱਕ ਬਣਾ ਕੇ ਘੱਲਿਆ 22 ਚੱਕ। ਉਹਨਾਂ ਪੈਸਿਆਂ ਦੀ ਮੇਰੇ ਅੱਬੇ ਨੇ ਫਿਰ ਉੱਥੇ ਦੁਕਾਨ ਬਣਾਈ। ਦਿਲਾਂ ਇੰਨਾ ਇਮਾਨਦਾਰ, ਬੜਾ ਭਲਾ ਆਦਮੀ ਸੀਗਾ, ਬਹੁਤ ਭਲਾ ਆਦਮੀ ਸੀ, ਇੰਨਾ ਇਮਾਨਦਾਰ ਨਿਕਲਿਆ। ਤੇ ਉਹਦੀ ਉਸਦੀ ਮਤਲਬ ਤਾਈ ਦਾ ਫਿਰ ਤਾਂ ਨਾਂ ਯਾਦ ਨਹੀਂ, ਉਹਦੀ ਬੀਵੀ ਦਾ ਨਾਂ ਯਾਦ ਨਹੀਂ, ਹਜ਼ੂਰ ਸਿੰਘ ਦੀ ਬੀਵੀ ਨਹੀਂ, ਉਹਦਾ ਨਹੀਂ ਮੈਨੂੰ ਨਾਂ ਯਾਦ। ਅੱਛਾ, ਉਹਦੇ ਕੋਲ ਪੁੱਤਰਾਂ ਦਾ ਨਹੀਂ, ਉਹ ਨਹੀਂ ਮੈਨੂੰ ਯਾਦ, ਸਿਰਫ ਤਾਏ ਦਾ ਹੀ ਪਤਾ, ਤਾਇਆ ਹੀ ਆਉਂਦਾ ਹੁੰਦਾ ਸੀ ਬਹੁਤਾ, ਸਾਡੇ ਘਰ ਵੀ ਆ ਜਾਣਾ, ਖੁਦੇ ਵੀ ਆ ਜਾਣਾ ਘਰ, ਜੇ ਅਸੀਂ ਰੋਟੀ ਖਾਂਦੇ ਹਾਂ ਨਾਲ ਬਹਿ ਕੇ ਰੋਟੀ ਖਾਣ ਲੱਗ ਗਿਆ, ਪਾਣੀ ਪੀਂਦੇ ਹਾਂ। ਮਤਲਬ ਕਿਹੜੇ ਪਿੰਡ ਦਾ ਸੀਗਾ ਉਹ? ਲਾਗੇ ਪਿੰਡ ਸੀਗਾ, ਉਹ ਹੁਣ ਮੈਨੂੰ ਯਾਦ ਨਹੀਂ ਆਉਂਦਾ ਪਿੰਡ ਕਿਹੜਾ ਸੀ, ਨੇੜੇ ਹੀ ਸੀ, ਸਾਡੇ ਖੂਹ ਵੀ ਨੇੜੇ ਨੇੜੇ ਹੀ ਹੁੰਦੇ ਸੀ। ਉਹ ਰੋਟੀ ਲੈ ਕੇ ਆਉਂਦੀ ਹੁੰਦੀ ਸੀਗੀ ਉਹਦੀ ਤੀਵੀਂ, ਉਹਦੇ ਪਾਇਆ ਹੁੰਦਾ ਸੀ ਘੱਗਰਾ ਸਾਟਣ ਦਾ, ਪੀਲੇ ਰੰਗ ਦਾ, ਪੀਲੇ ਰੰਗ ਦਾ ਘੱਗਰਾ ਪਾਇਆ ਹੋਣਾ, ਤੇ ਉਦਾਂ ਦਾ ਹੀ ਉੱਤੇ ਉਹ ਕਮੀਜ਼ ਪਾਈ ਹੋਣੀ, ਲੀੜਾ ਉੱਤੇ ਲਿਆਇਆ ਹੋਣਾ, ਟੋਕਰੀ 'ਚ ਰੋਟੀਆਂ ਰੱਖੀਆਂ ਹੋਣੀਆਂ, ਭਾਂਡੇ ਵਿੱਚ ਹੀ, ਸਾਲਣ ਵਾਲੇ ਵਿੱਚ ਹੀ ਪਾਣੀ, ਜਿੰਨੇ ਜਣੇ ਕੰਮ ਕਰਦੇ ਹੁੰਦੇ ਸੀ ਨਾ ਓਨੀਆਂ ਹੀ ਪਲੇਟਾਂ ਹੁੰਦੀਆਂ ਸੀ ਸਾਲਣ ਪਾਉਣ ਨੂੰ, ਓਨੇ ਹੀ ਉਹਨਾਂ ਦੇ ਗਲਾਸ ਹੁੰਦੇ ਸੀ, ਉਹ ਇੱਕ ਦੂਜੇ ਦਾ ਜੂਠਾ ਨਹੀਂ ਸੀ ਪੀਂਦੇ ਹੁੰਦੇ, ਜੂਠੇ 'ਚ ਰੋਟੀਆਂ ਲੈ ਕੇ ਆਉਂਦੀ ਹੁੰਦੀ ਸੀ, ਉੱਦਾਂ ਖਿਆਲ ਸਾਡਾ ਬਹੁਤ ਕਰਦੀ ਸੀ। ਉਹਦਾ ਨਾਂ ਨਹੀਂ ਮੈਨੂੰ ਯਾਦ ਆਉਂਦਾ, ਪਤਾ ਨਹੀਂ ਪ੍ਰਕਾਸ਼ ਕੌਰ ਸੀ ਕੀ ਸੀ ਏਦਾਂ ਦਾ, ਹੁਣ ਚੇਤਾ ਭੁੱਲਿਆ। ਬਹੁਤ ਚਿਰ ਹੋ ਗਿਆ, ਚੰਗੀ ਸੀ ਬੁੱਢੀ, ਉਹ ਵੀ ਬਹੁਤ ਚੰਗੀ ਸੀ, ਚੰਗੀ ਜਵਾਨ ਸੀ, ਸੋਹਣੀ ਸੀ। ਤੇ ਤੁਹਾਡਾ ਵਿਆਹ ਕਦੋਂ ਹੋਇਆ ਸੀਗਾ? ਪਾਕਿਸਤਾਨ ਆ ਕੇ 22 'ਚ ਬੈਠੇ ਸੀ ਜਦੋਂ ਸ਼ਾਦੀ। ਤੇ ਅੱਲਾ ਨੇ ਕਿੰਨੇ ਬੱਚੇ ਦਿੱਤੇ? ਅੱਲਾ ਤਾਲਾ ਨੇ 2 ਪੁੱਤ ਦਿੱਤੇ, 1 ਧੀ ਦਿੱਤੀ। ਅੱਲਾ ਨੇ ਬਹੁਤ ਕੁਛ ਦਿੱਤਾ, ਪਿੱਛੇ ਵੀ ਗਰੀਬੀ, ਇੱਥੇ ਵੀ ਗਰੀਬੀ ਜ਼ਿਆਦਾ ਆਈ, ਇਹਨਾਂ 'ਤੇ ਵੀ ਗਰੀਬੀ ਬਹੁਤ ਸੀ। ਜਿਹੜਾ ਮੇਰਾ ਦਾਜ ਸੀ ਉਹਦੀਆਂ ਰਜਾਈਆਂ ਬਣਾ ਕੇ ਅਤੇ ਸਾਰਿਆਂ ਦੇ ਉੱਤੇ ਦਿੱਤੀਆਂ ਮੇਰੀ ਮਾਂ ਸੱਸ। ਪਹਿਲੇ ਸਾਲ ਸਾਡੀ ਜ਼ਮੀਨ ਮੇਰੇ ਸਹੁਰੇ ਫੀਮ ਖਾਂਦਾ ਸੀ। ਅੱਛਾ, ਫੀਮ ਖਾਂਦੇ ਨਹੀਂ, ਉਹ ਗਹਿਣੇ ਰੱਖੀ ਹੋਈ ਸੀ, ਇੱਧਰ ਘਰ ਵਾ ਕੁਤਬੇ ਕਾ, ਕੁਤਬੇ ਲਈ ਹੋਈ ਸੀ, ਉਹ ਗਹਿਣੇ ਰੱਖੀ ਹੋਈ ਸੀ। ਅਤੇ ਮੇਰੀ ਅੰਮਾ ਗਈ ਆ ਸਾਗ ਤੋੜਨ, ਮੇਰਾ ਦਾਦਾ ਸਵਰਾ ਤਾਂ ਮੇਰਾ ਮਰ ਗਿਆ ਸੀ, ਬੇ ਰੁਕਨਦੀਨ ਸੀ ਉਹਦਾ ਨਾਂ। ਕਹਿੰਦੇ ਇੱਕ ਵਾਰੀ ਨਾ ਸਾਡੇ ਘਰ ਇੰਨੀ ਗਰੀਬੀ, ਅਤੇ ਉਦਣ ਨਾ ਰੋਟੀ ਪਕਾਉਣ ਨੂੰ ਆਟਾ ਅਤੇ ਨਾ ਹਾਂਡੀ ਪਕਾਉਣ ਨੂੰ ਕੋਈ ਸ਼ੈ, ਅਤੇ ਮੇਰਾ ਸਵਰਾ ਆਹ ਜਿਹੜਾ ਮੇਰੇ ਦੇਰ ਦਾ ਘਰ ਵਾ ਨਾ ਆਹ ਨਾਲ, ਉੱਥੇ ਉਹ ਘਰ ਸਾਡਾ ਸੀ, ਆਹ ਜਿਹੜਾ ਇਹ ਸਾਡੇ ਚਾਚੇ ਦਾ ਸੀ, ਸਾਡਾ ਇੱਕ ਉਹ ਹਾਤਾ ਸੀ, ਆਹ ਵੀ ਹਾਤਾ ਸਾਡਾ ਸੀ, ਆਹ ਜਿਹੜਾ ਸੀਗਾ ਇਹ ਮੇਰੇ ਸਹੁਰੇ ਨੇ ਫੀਮ ਖਾਂਦੇ ਨੇ ਪੈਸੇ ਲੈ ਕੇ ਇਹਨਾਂ ਨੂੰ ਦਿੱਤਾ ਆ, ਉਹ ਜਿਹੜਾ ਜਿੱਥੇ ਫਾਟਕ ਲੱਗੇ ਆ
ਉਹ ਸਾਡਾ ਮਾਲ ਵਾਲਾ ਹੁੰਦਾ ਸੀ ਇੱਥੇ ਖੜਾ ਦਰਵਾਜ਼ੇ ਮੂਹਰੇ ਤੇ ਸਾਡੇ ਬਾਬੇ ਕੇ ਜਿਹੜੇ ਆ ਉਹ ਬੈਠੇ ਉੱਥੇ ਬੈਠ ਕੇ ਦੇ ਮੂਹਰੇ ਬੈਠੇ ਆ ਤਾਂ ਮੇਰਾ ਸਹੁਰਾ ਖੜਾ ਤਾਂ ਘਰ ਕੋਈ ਸ਼ੈ ਨਾ ਉਹਨਾਂ ਨੂੰ ਇੰਨਾ ਪਤਾ ਸੀ ਇਹਨਾਂ ਦੇ ਘਰ ਕੁਛ ਨਹੀਂ ਖਾਣ ਨੂੰ ਖੜਾ ਤੇ ਕਹਿੰਦਾ ਉਹ ਹੱਸਦੇ ਆ ਬੈਠੇ ਕਿ ਅੱਜ ਕੋਈ ਸ਼ੈ ਨਹੀਂ ਸਾਨੂੰ ਲੱਗਦਾ ਵੀ ਅੱਜ ਰੁਕਨੇ ਕੋ ਫੀਮ ਵੀ ਨਹੀਂ ਹੋਣੀ ਖਾਣ ਨੂੰ ਕਹਿੰਦਾ ਨਹੀਂ ਮੇਰੀ ਫੀਮ ਤਾਂ ਹੈਗੀ ਆ ਸੁਣ ਲਿਆ ਮੇਰੇ ਸਹੁਰੇ ਨੇ ਤੁਸੀਂ ਇਹ ਦੇਖਿਓ ਕਿਸੇ ਦਿਨ ਨੂੰ ਰੁਕਨੇ ਦੀ ਔਲਾਦ ਦੀ ਮਸ਼ੀਨਰੀ ਜਿਹੜੀ ਇੱਥੋਂ ਤੁਰ ਕੇ ਉਸ ਖੂੰਜੇ ਤਾਈਂ ਹਊ ਲਾਈਨਾਂ ਲੱਗੀ ਗਈਆਂ ਉਹ ਸਾਨੂੰ ਤਾਂ ਪਤਾ ਲੱਗਾ ਵੀ ਇਹਨਾਂ ਨੇ ਇੰਨੀ ਗੱਲ ਕਹੀ ਸੀ ਮੇਰੇ ਸਹੁਰੇ ਨੇ ਅਤੇ ਮੇਰੇ ਸਹੁਰੇ ਨੇ ਆਹ ਜਵਾਬ ਦਿੱਤਾ ਸੀ ਗੁੱਸਾ ਨਹੀਂ ਸੀ ਕਰਦਾ ਹੁੰਦਾ ਇੱਕ ਵਾਰੀ ਇੱਥੋਂ 38 ਚੋਂ ਮੇਰਾ ਜੇਠ ਉਹਦਾ ਮੁੰਡਾ ਵੀ ਟਰੈਕਟਰ ਲੈ ਕੇ ਆ ਗਿਆ ਦੂਆ ਮੁੰਡਾ ਮਗਰ ਮੋਟਰਸਾਈਕਲ ਲੈ ਕੇ ਆ ਗਿਆ ਇਹ ਮੁੰਡਾ ਆਪਣਾ ਫੌਜੀ ਦਾ ਇਹ ਵੀ ਟਰੈਕਟਰ ਲੈ ਕੇ ਆ ਗਿਆ ਇੱਧਰੋਂ ਮੇਰੇ ਪੁੱਤ ਨਾ ਇਹ ਟਰੈਕਟਰ ਨਾ ਇਹ ਗੱਡੀਆਂ ਦੋਹਾਂ ਕੋ ਗੱਡੀਆਂ ਚੱਲੇ ਸੀ ਕਿਤੇ ਬਾਹਰ ਕੱਢੀ ਖੜ੍ਹੇ ਮੁੰਡੇ ਮੋਟਰਸਾਈਕਲ ਕੱਢੀ ਖੜ੍ਹੇ ਤਾਂ ਉਹ ਬਾਬੇ ਉੱਥੇ ਬੈਠੇ ਆ ਚਾਚੇ ਕਹਿੰਦੇ ਆ ਵੀ ਆਹ ਦੇਖ ਲਓ ਉਹ ਰੁਕਨੇ ਦੀ ਗੱਲ ਕਹਿੰਦੇ ਜਿਹੜੀ ਆ ਅੱਜ ਪੂਰੀ ਹੋ ਗਈ ਬਾਕੀ ਇੱਥੋਂ ਤੁਰ ਕੇ ਉਹ ਸਕੂੰਜੇ ਤਾਂ ਲੈਣ ਲੱਗ ਗਈ ਮਸ਼ੀਨਰੀ ਇਹ ਰੁਕਨੇ ਦੀ ਮਸ਼ੀਨਰੀ ਆ ਨਾ ਜੇ ਗਰੀਬੀ ਸੀ ਤਾਂ ਅੱਲਾ ਤਾਲਾ ਨੇ ਕੱਟ ਦਿੱਤੀ ਮੇਰੀ ਸੱਸ ਇਹਨਾਂ ਦੇ ਨਾਲ ਗੋਹਾ ਚੁਕਾਇਆ ਕਰੇ ਜਦੋਂ ਮੈਂ ਆ ਗਈ ਮੈਂ ਆਪਦਾ ਹੱਥੇ ਮਾਲ ਪਸ਼ੂ ਸਾਂਭ ਕੇ ਆਈ ਮੈਂ ਹੀ ਪਹਿਲਾਂ ਆਈ ਸੀ ਇਸ ਘਰ 'ਚ ਵੀ ਆਈ ਮਾਲ ਪਸ਼ੂ ਸਾਂਭ ਕੇ ਆਈ ਹਾਂ ਅਤੇ ਆ ਕੇ ਮੈਂ ਦਬਦਾ ਵਿਹੜਾ ਸੰਭਰਨ ਲੱਗ ਗਈ ਤਾਂ ਮੈਂ ਪੁੱਛਦੀ ਹਾਂ ਆਪਦੀ ਨਣਦ ਨੂੰ ਛੋਟੀ ਨੂੰ ਵੱਡੀ ਤਾਂ ਵਿਆਹੀ ਹੋਈ ਸੀ ਮੈਂ ਕਿਹਾ ਅੰਮਾ ਕਿੱਥੇ ਆ ਕਹਿੰਦੀ ਬਾਈ ਕੇ ਹੱਥੇ ਹੋਣੀ ਆ ਮੈਂ ਕਿਹਾ ਉੱਥੇ ਕਰਦੀ ਆ ਕਹਿੰਦੀ ਉਹਨਾਂ ਨੇ ਗੋਹਾ ਚੁਕਾਉਂਦੀ ਹੋਣੀ ਅੰਮਾ ਜਦ ਘਰ ਆਈ ਮੈਂ ਇੱਕ ਗੱਲ ਕਹਿ ਤੂੰ ਕਿਸੇ ਦੇ ਗੋਹੇ ਨੂੰ ਹੱਥ ਨਹੀਂ ਲਾਉਣਾ ਤੂੰ ਕਿਸੇ ਦੀ ਮਿੱਟੀ ਨਹੀਂ ਲਾਉਣੀ ਤੂੰ ਕਿਸੇ ਦੀਆਂ ਮਿਰਚਾਂ ਨਹੀਂ ਪੀਣੀਆਂ ਬਹੁਤ ਪੀ ਲਈਆਂ ਬਹੁਤ ਕਰ ਲਿਆ ਜੇ ਇੱਦਾਂ ਦਾ ਕਰਨਾ ਪਿਆ ਤਾਂ ਮੈਂ ਕਰੂੰ ਤੂੰ ਨਹੀਂ ਕਰਨਾ ਆਰਾਮ ਨਾਲ ਘਰ ਬਹਿ ਜਾ ਅੱਜ ਤੋਂ ਤੂੰ ਨਹੀਂ ਉਹਨਾਂ ਦੇ ਹੱਥੇ ਜਾਣਾ ਨਾਲ ਗੋਹਾ ਚੁਕਾ ਹਟਾਤੀ ਸੀ ਅੱਲਾ ਨੇ ਇੱਦਾਂ ਦੀ ਸੁਣੀ ਦੇਖ ਲਾ ਦਿਨ ਰੱਬ ਨੇ ਫੇਰੇ ਮੇਰਾ ਜੇਠ ਲੰਬੜਾ ਨਾ ਰਲਿਆ ਆ ਸੀ ਉੱਥੇ ਹੀ ਕਿਤੇ ਮੇਰੇ ਭਾਈ ਦੀ ਨਾ ਉਹਨਾਂ ਦੇ ਨਾਲ ਭਾਈ ਸ਼ਰੀਫ ਨਾ ਵੱਡੇ ਨਾ ਸਲਾਹ ਹੋ ਗਈ ਆ ਖੇ ਲੋਕ ਵਿਲਾਇਤ ਜਾਂਦੇ ਮੇਰਾ ਜੇਠ ਕਹਿੰਦਾ ਭਾਈ ਸ਼ਰੀਫ ਜੇ ਕਿਤੇ ਸਾਡੇ ਬਸ਼ੀਰ ਦਾ ਬਣ ਜਾਏ ਕੁਛ ਬਸ਼ੀਰ ਸਿੰਧ 'ਚ ਹੁੰਦਾ ਸੀ ਕਹਿੰਦਾ ਇਹ ਤਾਂ ਹੁਣ ਪੈਸੇ ਦੀ ਗੱਲ ਆ ਕਹਿੰਦਾ ਭਾਈ ਚਲੋ ਮੇਰੇ ਕੋਲ ਪੈਸੇ ਹੈ ਨਹੀਂ ਜੇ ਤੂੰ ਲਾ ਦੇਵੇਂ ਅਤੇ ਚਲੋ ਬਸ਼ੀਰ ਜੇ ਵਿਲਾਇਤ ਚਲਾ ਜਾਵੇ 400 ਰੁਪਈਆ ਲੱਗਾ ਸੀ ਉਦੋਂ ਉਸ ਜ਼ਮਾਨੇ 400 ਜਦੋਂ ਦਾ ਬਸ਼ੀਰ ਵਿਲਾਇਤ ਗਿਆ ਆ ਬਸ਼ੀਰ ਦਾ ਪਾਸਪੋਰਟ ਬਣਾਉਣ ਲੱਗ ਗਿਆ ਲਾਹੌਰ ਸੀ ਮੁਹੰਮਦ ਸੈਨ ਸ਼ਰੀਫ ਦਾ ਭਰਾ ਉੱਥੇ ਜਾਂਦਾ ਹੁੰਦਾ ਸੀ ਮੁਹੰਮਦ ਸੈਨ ਨੇ ਪਾਸਪੋਰਟ ਬਣਾ ਕੇ ਦਿੱਤਾ ਸੀ ਫਿਰ ਇਹਦੀ ਤਿਆਰੀ ਵਿਲਾਇਤ ਦੀ ਹੋ ਗਈ ਇਹ ਵਿਲਾਇਤ ਚੱਲੀ ਅੱਲਾ ਨੇ ਸਾਡੇ ਦਿਨ ਫੇਰ ਇਹਨ ਵੀ ਭਰਾਵਾਂ ਦਾ ਬਹੁਤ ਸੋਚੇ ਦਿਲ 38 'ਚ ਜਦੋਂ ਪਹਿਲੀ ਵਾਰੀ ਆਇਆ 5.5 ਸਾਲ ਹੀ ਆਇਆ ਸੀ ਆਹ ਮੇਰਾ ਅਸਗਰ ਇਹ ਤੋਂ ਮਗਰੋਂ ਪੈਦਾ ਹੋਇਆ ਸੀ 4 ਮਹੀਨੇ ਅਸਗਰ ਮੇਰਾ ਐਡਾ ਸਾਰਾ ਸੀ ਜਦੋਂ ਇਹ ਆਇਆ ਦੇਖ ਲਾ ਆ ਕੇ ਇਹਨ ਫਿਰ ਜ਼ਮੀਨ ਖਰੀਦੀ 38 'ਚ ਜ਼ਮੀਨ ਵਿਕਦੀ ਸੀ 4,000 ਦਾ ਕਿੱਲਾ ਅੱਧਾ ਮਰੱਬਾ ਵੱਡਾ ਭਰਾ ਉੱਥੇ ਚਲਾ ਗਿਆ ਜ਼ਮੀਨ 'ਤੇ ਛੋਟਾ ਸਰਦਾਰ ਇੱਥੇ ਕਰਦਾ ਸੀ ਫੌਜੀ ਫੌਜ 'ਚ ਸੀ ਇਹ ਫੌਜ 'ਚ ਚਲਾ ਗਿਆ ਸੀ
ਥਾਪ ਦੇ ਥਾਂ ਥਾਈ ਕਰ ਥੋੜ੍ਹਾ ਜਿਹਾ ਕਰਜ਼ਾ ਚੱਕਿਆ ਇਹਨੇ ਚੱਕ ਕੇ ਉਦੋਂ ਪੈਸੇ ਵੀ ਉੱਥੋਂ ਵੀ ਕਿਹੜਾ ਇੰਨੇ ਮਿਲਦੇ ਸੀ ਅਤੇ ਘਰ ਗਰੀਬੀ ਸੀ ਘਰ ਵੀ ਘੱਲਦਾ ਰਿਹਾ ਜਿਹੜਾ ਕਰਜ਼ਾ ਚੱਕਿਆ ਸੀ ਫਿਰ ਉਹਦੀ ਵਜ੍ਹਾ ਨਾਲ ਫਿਰ ਛੇਤੀ ਮੁੜ ਗਿਆ ਜਾ ਕੇ ਫਿਰ ਉਹ ਕਰਜ਼ਾ ਲਾਇਆ ਉਹ ਜ਼ਮੀਨ ਲਈ ਫਿਰ ਨਾਲ ਪਤਾ ਨਹੀਂ ਇੱਕ ਕਿੱਲਾ ਡੇਢ ਕਿੱਲਾ ਹੋਰ ਵਿਕਦਾ ਸੀ ਉਹ ਫਿਰ ਸਾਨੂੰ ਮਹਿੰਗਾ ਮਿਲਿਆ ਉਹ ਵੀ ਲੈ ਲਿਆ ਲੈ ਕੇ ਫਿਰ ਉਦੋਂ ਮਗਰੋਂ ਦੇਖ ਲਾ ਫਿਰ ਜਦੋਂ ਆਇਆ ਪਹਿਲਾਂ ਮੁਸਰਤ ਦੀ ਸ਼ਾਦੀ ਕੀਤੀ ਫਿਰ ਦੁਬਾਰਾ ਆਇਆ ਤਾਂ ਸਬਦਰ ਦੀ ਕੀਤੀ ਫਿਰ ਇਹਨੇ ਮੇਰਾ ਪਾਸਪੋਰਟ ਬਣਾ ਲਿਆ ਮਖਤੂਮਾਂ 'ਚ ਰਹਿੰਦੇ ਆ ਉਹ ਬੰਦੇ ਹੁਣ ਉਸ ਬੰਦੇ ਦੇ ਸੱਤ ਮਰੱਬੇ ਆ ਉੱਥੇ ਇੱਕ ਤਾਂ ਆਪਣਾ ਨਾਂ ਕੀ ਹੈ ਰਹਿਮ ਅਤੇ ਬੀਬੀ ਅਤੇ ਆਪਣੇ ਅੱਬਾ ਜੀ ਦਾ ਨਾਂ ਸ਼ਾਹਦੀਨ ਬਰਾਦਰੀ ਆਪਣੀ ਬਰਾਦਰੀ ਆਪਣੀ ਮੇਰੇ ਤਾਏ ਨਾਲ ਸੰਮਾ ਸੀ ਦੋ ਹੀ ਭਰਾ ਸੀ ਕੌਮ ਕੌਮ ਰਾਈ ਅੱਛਾ ਇਸ ਵਕਤ ਤੁਸੀਂ ਕਿਹੜੇ ਪਿੰਡ ਬੈਠੇ ਇਸ ਵਕਤ ਕਿਹੜੇ ਪਿੰਡ ਬੈਠੇ ਤੁਸੀਂ ਇਸ ਵਕਤ ਅਸੀਂ ਚੱਕ ਨੰਬਰ 343 ਗਾਬੇ ਜੜਾਹਾਂ ਠੀਕ ਹੈ ਜੀ ਅਤੇ ਮਾਂ ਜੀ ਇਹ ਦੱਸੋ ਵੀ ਪਿੱਛੇ ਆਪਣਾ ਦੇਸਾਂ ਵਿੱਚ ਪਿੰਡ ਕਿਹੜਾ ਸੀਗਾ ਪਿੰਡ ਸਾਡਾ ਸੀ ਮਾਨੀਪੁਰ ਅੱਛਾ ਮਾਨੀਪੁਰ ਪਿੰਡ ਸੀ ਜ਼ਿਲ੍ਹਾ ਜਲੰਧਰ ਸੀ ਤਹਿਸੀਲ ਕਪੂਰਥਲਾ ਸੀ ਸ਼ਹਿਰ ਸੁਲਤਾਨਪੁਰ ਲੱਗਦਾ ਸੀ ਚੌਧਰੀਆਂ ਦੀ ਤਲਵੰਡੀ ਦੇ ਕੋਲ ਸਾਡਾ ਪਿੰਡ ਸੀ ਮਾਨੀਪੁਰ ਮਾਨੀਪੁਰ ਅੱਛਾ ਅਤੇ ਮਾਨੀਪੁਰ ਦੇ ਨੇੜੇ ਤੇੜੇ ਕੋਈ ਹੋਰ ਵੀ ਕੋਈ ਪਿੰਡ ਹੈਗੇ ਕੋਈ ਦੋ ਚਾਰ ਯਾਦ ਉਹ ਨਹੀਂ ਮੈਨੂੰ ਯਾਦ ਅੱਛਾ ਅਤੇ ਤੁਸੀਂ ਛੋਟੇ ਹੁੰਦੇ ਆ ਆਪਣੇ ਘਰ ਦੇ ਵਿੱਚ ਕਿਹਨਾਂ ਕਿਹਨਾਂ ਲੋਕਾਂ ਨੂੰ ਬਜ਼ੁਰਗਾਂ ਨੂੰ ਦੇਖਿਆ ਮੈਂ ਆਪਦੀ ਦਾਦੀ ਨੂੰ ਵੀ ਦੇਖਿਆ ਆਪਦੇ ਦਾਦੇ ਨੂੰ ਵੀ ਦੇਖਿਆ ਹੋਰ ਭੂਆ ਫੁੱਫੜ ਨੂੰ ਵੀ ਦੇਖਿਆ ਫੁੱਫੀਆਂ ਨੂੰ ਕੀ ਨਾਂ ਸੀ ਆਪਣੇ ਦਾਦੇ ਦਾ ਮੇਰੇ ਦਾਦੇ ਨਾਲ ਖੈਰਾ ਸੀ ਅਤੇ ਦਾਦੀ ਦਾਦੀ ਨਾਲ ਹਾਫੀ ਸੀ ਅੱਛਾ ਅਤੇ ਦੂਸਰਾ ਚਾਚੇ ਤਾਏ ਮੇਰੇ ਤਾਏ ਦਾ ਨਾਂ ਤਾਂ ਸ਼ਮਸਦੀਨ ਸੀ ਸਮਾਂ ਸਮਾਂ ਕਹਿੰਦੇ ਹੁੰਦੇ ਸੀ ਠੀਕ ਆ ਫੁੱਫੀਆਂ ਇੱਕ ਨਾ ਬੀਬੀ ਸੀ ਇੱਕ ਨਾ ਮਰੀਆਂ ਸੀ ਇੱਕ ਨਾ ਜੀਓ ਸੀ ਤਿੰਨ ਫੁੱਫੀਆਂ ਸੀ ਅਤੇ ਤੁਹਾਡੀ ਦਾਦੀ ਕਿੱਦਾਂ ਦੀ ਤਬੀਅਤ ਦੀ ਸੀਗੀ ਮੇਰੀ ਦਾਦੀ ਅੱਛੀ ਤਬੀਅਤ ਦੀ ਸੀ ਬਹੁਤ ਅੱਛੀ ਸੀ ਤੁਹਾਡੀ ਅੰਮੀ ਦਾ ਨਾਂ ਕੀ ਸੀ ਮੇਰੀ ਅੰਮੀ ਨਾਂ ਜੈਨਮ ਬੀਬੀ ਤੁਸੀਂ ਕਿੰਨੇ ਭੈਣ ਪਾਈ ਸੀ ਮੇਰੀ ਅੰਮੀ ਨਹੀਂ ਤੁਸੀਂ ਤੁਸੀਂ ਆਪ ਕਿੰਨੇ ਭੈਣ ਪਾਈ ਸੀ ਅਸੀਂ ਆਪ ਤਿੰਨ ਭੈਣਾਂ ਅਤੇ ਤਿੰਨ ਭਰਾ ਅੱਛਾ ਕੀ ਨਾਂ ਸੀ ਮੇਤੋਂ ਛੋਟੇ ਨਾਂ ਸੀ ਮੁਹੰਮਦ ਸੈਨ ਅੱਛਾ ਉਤੋਂ ਛੋਟੀ ਸੀਗੀ ਹਸ਼ਮ ਅਤੇ ਉਤੋਂ ਛੋਟੀ ਸਕੀਨਾ ਸੀ ਸਕੀਨਾ ਤੋਂ ਛੋਟਾ ਤਾਲਬ ਸੀ ਤਾਲਬ ਤੋਂ ਛੋਟਾ ਅਰਸ਼ਦ ਸੀ ਤੇ ਆਪਣੇ ਨਾਨਕੇ ਕਿੱਥੇ ਰਹਿੰਦੇ ਸੀਗੇ ਨਾਨਕੇ ਮੇਰੇ ਦੇਸ਼ ਤਾਂ ਦੋਨੇ 'ਚ ਰਹਿੰਦੇ ਸੀ ਅੱਛਾ ਇੱਥੇ ਆ ਕੇ ਫਿਰ ਲਈਏ ਚਲੇ ਗਏ ਸੀ ਉੱਥੇ ਕਿੱਥੇ ਰਹਿੰਦੇ ਸੀ ਨਾਨਕੇ ਕਿਹੜੀ ਜਗ੍ਹਾ 'ਤੇ ਦੋਨੇ ਉੱਥੇ ਸੀਗੇ ਜਲੰਧਰ ਦੇ ਕੋਲ ਹੀ ਸੀ ਸੈਨਪੁਰ ਕਲਿਆਣਪੁਰ ਮੱਲੂ ਉਹਦਾ ਚਿਹਰਾ ਉੱਤੇ ਕਰ ਸਾਹਮਣੇ ਕਰਕੇ ਗੱਲ ਕਰਨੀ ਉੱਧਰ ਅੱਛਾ ਮੱਲੂ ਪਿੰਡ ਸੀ ਅੱਛਾ ਉੱਥੇ ਰਹਿੰਦੇ ਸੀ ਨਾਨਕੇ ਕੀ ਨਾਂ ਸੀ ਆਪਣੇ ਨਾਨੇ ਦਾ ਮੇਰੇ ਨਾਨੇ ਦਾ ਫਤਿਹ ਮੁਹੰਮਦ ਅਤੇ ਨਾਨੀ ਨਾਨੀ ਦਾ ਨਾਂ ਬੱਸੋ ਅਤੇ ਮਾਮੇ ਕਿੰਨੇ ਸੀਗੇ ਮਾਮੇ ਦੋ ਸੀ ਇੱਕ ਨਾ ਨੂਰ ਮੁਹੰਮਦ ਸੀ ਇੱਕ ਨਾ ਸ਼ੇਰ ਮੁਹੰਮਦ ਸੀ
ਮਾਮੇ ਤੁਹਾਡੇ ਸਾਰੇ ਵਿਆਹੇ ਸੀਗੇ ਦੋਵੇਂ? ਹਾਂਜੀ ਹਾਂਜੀ। ਤੁਸੀਂ ਆਪਣੇ ਪਿੰਡ ਦੇ ਬਾਰੇ ਦੱਸੋ, ਤੁਹਾਡਾ ਪਿੰਡ ਕਿੱਦਾਂ ਦਾ ਸੀਗਾ? ਸੋਹਣਾ ਸੀ ਸਾਡਾ ਪਿੰਡ, ਹਾਂ ਬਹੁਤ ਸੋਹਣਾ। ਕਿੱਦਾਂ ਦਾ ਸੋਹਣੇ 'ਚ ਕੀ ਮਤਲਬ ਪਿੰਡ ਦੀ ਕੋਈ ਦੱਸੋ ਨਾ ਤਾਰੀਫ। ਇਹ ਤਾਂ ਹੁਣ ਮੈਨੂੰ ਪਤਾ ਨਹੀਂ ਕੀ ਸੀ, ਹੁਣ ਇੰਨਾ ਚਿਰ ਹੋ ਗਿਆ ਕਿਤੇ ਅੱਜ ਦੀ ਗੱਲ ਆ। ਨਹੀਂ ਤੁਹਾਡੀ ਯਾਦ ਹੈ ਸਟੇਜ, ਤੁਹਾਡਾ ਉਹ ਪਿੰਡ ਕਿੱਦਾਂ ਕੀ ਵਿੱਚ ਉੱਥੇ ਤੁਸੀਂ ਦੇਖਿਆ ਆਪਣੇ ਪਿੰਡ ਦੇ ਵਿੱਚ ਬਣਿਆ? ਆਪਦੇ ਪਿੰਡ ਦੇ ਵਿੱਚ ਪਲੀਆਂ ਰਹੀਆਂ, ਫਿਰ ਆਪਦੇ ਖੂਹਾਂ ਤੇ ਵੀ ਜਾਂਦੀ ਰਹੀ ਆ। ਦੋ ਖੂਹ ਸੀ ਸਾਡੇ, ਮਾਸ਼ਾਅੱਲਾ। ਕੀ ਨਾਂ ਸੀ ਖੂਹਾਂ ਦੇ? ਦੋ ਖੂਹਾਂ ਦੇ ਨਾਂ ਨਹੀਂ ਹੁੰਦੇ। ਅੱਛਾ। ਇੱਕ ਦਰਿਆਓਂ ਪਾਰ ਸੀ, ਇੱਕ ਪਿੰਡ ਦੇ ਕੋਲ ਸੀ। ਠੀਕ ਹੈ। ਜ਼ਮੀਨ ਕਿੰਨੀ ਕੌਣੀ? ਜ਼ਮੀਨ ਬਥੇਰੀ ਸੀ। ਪਿੰਡ 'ਚ ਸਕੂਲ ਸੀਗਾ? ਨਹੀਂ, ਸਕੂਲ ਹੈ ਨਹੀਂ ਸੀ ਪਿੰਡ ਦੇ ਵਿੱਚ। ਸਾਡੇ ਕੋਲ ਤਲਵੰਡੀ ਸੀ ਚੌਧਰੀਆਂ ਦੀ, ਉੱਥੇ ਸਕੂਲ ਸੀ। ਜਾਂ ਇੱਕ ਕੋਲ ਟਿੱਬੇ ਸ਼ਹਿਰ ਸੀ, ਉੱਥੇ ਸਕੂਲ ਸੀ, ਉੱਥੇ ਬੱਚੇ ਜਾਂਦੇ ਸੀ ਪੜ੍ਹਨ। ਮੁੰਡਿਆਂ ਨੂੰ ਹੀ ਪੜ੍ਹਾਉਂਦੇ ਸੀ, ਕੁੜੀਆਂ ਨੂੰ ਤਾਂ ਕਹਿੰਦੇ ਸੀ ਇਹਨਾਂ ਨੇ ਕੀ ਕਰਨਾ ਪੜ੍ਹ ਕੇ। ਅੱਛਾ। ਫਿਰ ਤੁਸੀਂ ਛੋਟੇ ਹੁੰਦੇ ਫਿਰ ਖੇਡਾਂ ਕਿਹੜੀਆਂ ਖੇਡਦੀਆਂ ਹੁੰਦੀਆਂ ਸੀ ਕੁੜੀਆਂ ਰਲ ਕੇ? ਜਿਵੇਂ ਖੇਡ ਕੁੜੀਆਂ ਰਲ ਕੇ ਅਸੀਂ ਬਥੇਰਾ ਖੇਡਦੀਆਂ ਸੀ, ਸਾਰੀ ਰਾਤ ਖੇਡਦੀਆਂ ਫਿਰਦੀਆਂ ਹੁੰਦੀਆਂ ਸੀ। ਕਦੇ ਸਾਨੂੰ ਪੁੱਛਿਆ ਹੀ ਨਹੀਂ ਸੀ ਤੁਸੀਂ ਕਿੱਥੋਂ ਆਈ ਹੋ। ਉਹ ਜ਼ਮਾਨੇ ਹੀ ਇੱਦਾਂ ਦੇ ਹੁੰਦੇ ਸੀ, ਜ਼ਮਾਨੇ ਹੀ ਇੰਨੇ ਭਲੇ ਬਾਣਸ ਸੀ, ਕੁੜੀਆਂ ਮੁੰਡੇ ਇਕੱਠੇ ਖੇਡਦੇ ਤੁਰੇ ਫਿਰਦੇ ਹੁੰਦੇ ਸੀ। ਮਾਪਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ? ਨਹੀਂ ਨਹੀਂ ਨਹੀਂ, ਕਦੇ ਪਤਾ ਹੀ ਨਹੀਂ ਸੀ ਹੁੰਦਾ ਨਾ। ਜਿਹੜੀਆਂ ਮਗਰੋਂ ਆ ਇੱਦਾਂ ਦੀਆਂ ਗੱਲਾਂ ਚੱਲ ਪਈਆਂ, ਇਹਨਾਂ ਦਾ ਪਤਾ ਹੀ ਨਹੀਂ ਸੀ ਹੁੰਦਾ ਕਿਸੇ ਨੂੰ। ਅੱਛਾ। ਇਹ ਤਾਂ ਉਸਲੇ ਤਾਂ ਕੁੜੀਆਂ ਇਹ ਲੁਕਣ ਮਿੱਟੀ ਖੇਡਦੇ ਹੋਣੀ ਜਾਂ ਜਿਵੇਂ ਲੁਕਣ ਮਿੱਟੀ ਖੇਲਣੀ, ਇੱਕ ਬਹਾਲ ਲੈਣੀਆਂ ਸਾਰੀਆਂ, ਇਹ ਲਗੋਟਾ ਜਿਹਾ ਵੱਟ ਲੈਣਾ ਸਾਰੀਆਂ ਦੇ ਮਾਰਨੇ, ਇੱਦਾਂ ਬੋਲਦਾਰੇ ਬਿਠਾ ਕੇ ਇੱਦਾਂ ਵੀ ਖੇਲਣਾ। ਫਿਰ ਕਦੇ ਗਿੱਧਾ ਪਾਉਣ ਲੱਗ ਜਾਣਾ, ਕਦੇ ਕੀਕਲੀ ਪਾਉਣ ਲੱਗ ਜਾਣਾ। ਕਦੇ ਨਹੀਂ ਸੀ ਕੋਈ ਕਹਿੰਦਾ ਹੁੰਦਾ ਵੀ ਇਹ ਕੁੜੀਆਂ ਕੀ ਕਰਦੀਆਂ, ਸਮਾਂ ਹੱਸਦੇ ਹੁੰਦੇ ਸੀ ਵੀ ਲੈ। ਦਿਨ ਨੂੰ ਕੰਮ ਵੀ ਬਥੇਰਾ ਕਰਦੀਆਂ ਸੀ, ਸਾਰਾ ਦਿਨ ਕੰਮ ਵੀ ਬਥੇਰਾ ਕਰਦੀਆਂ ਸੀ, ਰਾਤ ਨੂੰ ਫਿਰ ਖੇਡਦੀਆਂ ਸੀ। ਆਪਣਾ ਪਿੰਡ ਸਾਰਾ ਮੁਸਲਮਾਨਾਂ ਦਾ ਸੀਗਾ? ਮੁਸਲਮਾਨਾਂ ਦਾ। ਆਂਢ ਗੁਆਂਢ ਕੋਈ ਸਰਦਾਰਾਂ ਦੇ ਪਿੰਡ ਤਾਂ ਕੋਈ ਨਹੀਂ? ਨਹੀਂ, ਦੂਰ ਸੀ ਸਰਦਾਰਾਂ ਦੇ ਪਿੰਡ, ਨੇੜੇ ਨਹੀਂ ਸੀ ਕੋਈ ਵੀ। ਅੱਛਾ, ਦੂਰ ਸੀ। ਆਪਣੇ ਪਿੰਡ ਦੇ ਨੰਬਰਦਾਰ ਦਾ ਨਾਂ ਯਾਦ ਆ? ਸਾਡੇ ਪਿੰਡ ਦੇ ਨੰਬਰਦਾਰ ਦਾ ਨਾਂ ਨਹੀਂ, ਮੈਨੂੰ ਨਹੀਂ ਯਾਦ। ਅੱਛਾ, ਉਹਦਾ ਨਾਂ ਉਦਾਂ ਕਿੰਨੇ ਕੁ ਹੋਣੇ ਨੰਬਰਦਾਰ? ਇੱਕ ਹੀ ਸੀ। ਅੱਛਾ, ਇੱਕ ਹੀ ਨੰਬਰਦਾਰ ਸੀ। ਤੇ ਉੱਥੇ ਆਪਣੇ ਆਪਣੀ ਬਰਾਦਰੀ ਬੈਠੀ ਸੀਗੀ ਜਾਂ ਕੋਈ ਹੋਰ ਬਰਾਦਰੀ ਵੀ ਸੀਗੀ? ਨਹੀਂ, ਆਪਣੀ ਬਰਾਦਰੀ, ਸਾਰੇ ਆਪਣੇ ਇੱਕੋ ਕੋ ਸੀ, ਸਾਰੇ ਰਾਈ ਸੀ। ਹਾਂ, ਰਾਈ ਸੀ। ਅੱਛਾ। ਸਾਰੇ ਸ਼ਾਦੀ ਕਰਦੇ ਹੁੰਦੇ ਸੀ ਤੇ ਸਾਰਾ ਪਿੰਡ ਹੀ ਇੱਕ ਥਾਂ ਇਕੱਠਾ ਹੁੰਦਾ ਸੀ। ਇਦਾਂ ਤੇ ਸ਼ਾਦੀ ਕਰਨ ਵਿੱਚ ਸ਼ਾਦੀ ਤੇ ਰਸਮਾਂ ਕੀ ਕਰਦੇ ਸੀਗੇ? ਰਸਮਾਂ ਕੀ ਕਰਨੀਆਂ, ਇੱਦਾਂ ਹੀ ਜਿੱਦਾਂ ਹੁਣ ਤੇਲ ਮਹਿੰਦੀਆਂ ਕਰ ਲਈਆਂ, ਜਿੱਦਾਂ ਤੇਲ ਲਾ ਦਿੰਦੀਆਂ ਸੀ ਕੁੜੀ, ਕੁੜੀ ਦਾ ਕਰਨਾ ਹੋਵੇ ਜਾਂ ਮੁੰਡੇ ਦਾ ਕਰਨਾ ਹੋਵੇ, ਬੁੜੀਆਂ ਨਵਣਾ ਦਾਣੇ ਲੈ ਕੇ ਦਾਣੇ ਢੇਰੀ ਕਰੀ ਜਾਣੇ, ਤੇਲ ਮਾੜਾ ਜਿਹਾ ਹੱਥ ਲਾਉਣਾ, ਸਿਰ ਨੂੰ ਲਾਈ ਜਾਣਾ, ਬਸ ਇੱਦਾਂ ਦੀਆਂ ਹੀ ਰਸਮਾਂ ਹੁੰਦੀਆਂ ਸੀ। ਤੁਸੀਂ ਫਿਰ ਆਪਣੀ ਅੰਮੀ ਦੇ ਨਾਲ ਕੰਮ ਕਰਾਉਂਦੇ ਸੀਗੇ? ਹਾਂ, ਕੰਮ ਬਹੁਤ ਕਰਾਉਂਦੀ ਸੀ ਅੰਮੀ ਦੇ ਨਾਲ, ਘਰ ਦਾ ਵੀ ਕਰ ਲੈਂਦੀ ਸੀ, ਬਾਹਰ ਵੀ ਅੰਮੀ ਦੇ ਨਾਲ ਕੰਮ ਬਥੇਰਾ ਕਰਦੀ ਸੀ, ਮਰੱਬੇ ਵੀ ਜਾ ਕੇ ਖੂਤੇ ਜਾ ਕੇ ਵੀ ਕੰਮ ਕਰਦੀਆਂ ਸੀ। ਆਪਣੇ ਘਰ ਮੱਝਾਂ ਕਿੰਨੀਆਂ ਸੀਗੀਆਂ? ਇਹ ਨਹੀਂ ਮੈਨੂੰ ਯਾਦ ਮੱਝਾਂ ਕਿੰਨੀਆਂ ਸੀ ਉਦੋਂ ਦਾ, ਕੀ ਪਤਾ। ਬਹੁਤ ਯੋਗ ਹੁੰਦੀ ਸੀ, ਯੋਗ ਹੁੰਦੀ ਸੀ, ਇੱਕ ਊਠ ਹੁੰਦਾ ਸੀ, ਉਹ ਖੂਹ ਚੱਲਦਾ ਹੁੰਦਾ ਸੀ, ਬਲਦਾ ਨਾ ਹਲ ਬੰਦਾ ਹੁੰਦਾ ਸੀ ਮੇਰਾ ਆਬਾ। ਗੱਡਾ ਵੀ ਫਿਰ ਤਾਂ ਹੋਣਾ ਹੈ, ਗੱਡਾ ਗੱਡਾ। ਹਾਂ, ਨੇੜੇ ਤੇੜੇ ਕੋਈ ਨਹਿਰ ਤਾਂ ਨਹੀਂ ਸੀ ਲੰਘਦੀ? ਨਹੀਂ, ਨਹਿਰ ਨਹੀਂ ਸੀ ਕੋਈ ਵੀ, ਤੇ ਥੋੜ੍ਹੀ ਦੂਰ ਦਰਿਆ ਸੀ ਬਿਆਸਾ। ਜਦੋਂ ਉਹ ਗਰਮੀਆਂ ਹੁੰਦੀਆਂ ਸੀ ਤਾਂ ਫਿਰ ਉਛਲਦਾ ਸੀ, ਤਾਂ
ਫਿਰ ਉਹ ਇੱਕ ਨਾਲਾ ਹੁੰਦਾ ਸੀ, ਉਹ ਭਰ ਜਾਂਦਾ ਹੁੰਦਾ ਸੀ। ਅੱਛਾ। ਉਹ ਇੱਕ ਸਾਡਾ ਖੂਹ ਨਾਲੇ ਤੋਂ ਪਾਰ ਸੀ, ਇੱਕ ਪਿੰਡ ਦੇ ਕੋਲ ਸੀ। ਠੀਕ ਹੈ। ਉਹ ਖੂਹ 'ਤੇ ਇੱਕ ਵਾਰੀ ਉਹਦੇ 'ਚ ਪਾਣੀ ਆ ਗਿਆ, ਅਸੀਂ ਖੂਹ 'ਤੇ ਗਈਆਂ ਸੀ। ਜਦ ਆਈਆਂ ਉਹ ਸਾਰੀਆਂ ਮੇਰੀ ਭੂਆ ਦੀਆਂ ਧੀਆਂ, ਮੇਰੇ ਤਾਏ ਦੀਆਂ ਧੀਆਂ, ਉਹ ਨੰਗੇ ਆਈਆਂ ਵਿੱਚ ਦੀ। ਮੈਂ ਡਰਦੀ ਖੜੀ, ਮੇਰੇ ਅੱਬੇ ਨੇ ਮੇਰੀਆਂ ਚੀਕਾਂ ਸੁਣੀਆਂ, ਉਹ ਭੱਜ ਕੇ ਆਇਆ, ਉਹਨੂੰ ਆ ਕੇ ਫਿਰ ਚੱਕ ਕੇ ਮੈਨੂੰ ਨੰਗਾਇਆ। ਫਿਰ ਕਹਿੰਦਾ ਸੀ, ਕਹਿੰਦਾ ਹੁੰਦਾ ਸੀ, ਮੁੜ ਕੇ ਨਾ ਤੂੰ ਆਈ, ਜਿੰਨਾ ਚਿਰ ਪਾਣੀ ਨਹੀਂ ਮੁੱਕਦਾ। ਫਿਰ ਨਹੀਂ ਸੀ ਮੈਂ ਜਾਂਦੀ ਹੁੰਦੀ, ਘਰ ਹੀ ਰਹਿੰਦੀ ਹੁੰਦੀ ਸੀ। ਮੈਂ ਵੱਡੀ ਸੀ ਸਾਰੇ ਭੈਣਾਂ ਭਰਾਵਾਂ ਨਾਲ, ਤਾਂ ਹੀ ਤਾਂ ਘਰ ਦੇ ਕੰਮ ਵੀ ਕਰਦੇ ਸੀਗੇ ਨਾ, ਛੋਟੇ ਕੋਲ ਕੌਣ ਕਰਾਉਂਦਾ। ਅੱਛਾ, ਤੁਸੀਂ ਆਪਣੀ ਮਾਂ ਦੀ ਲਾਡਲੀ ਸੀ ਜਾਂ ਆਪਣੇ ਅੱਬੇ ਦੀ ਲਾਡਲੀ ਸੀ? ਦੋਹਾਂ ਦੀ ਲਾਡਲੀ, ਮੈਂ ਆਪਦੀ ਦਾਦੀ ਦੀ ਬਲਤੀ ਲਾਡਲੀ। ਅੱਛਾ। ਮੇਰੀ ਦਾਦੀ ਤੇ ਮੇਰੀ ਮਾਂ ਨੂੰ ਕੁਛ ਕਹਿਣ ਹੀ ਨਹੀਂ ਸੀ ਦਿੰਦੀ। ਕੋਈ ਦਾਦੀ ਦੇ ਨਾਲ ਕੋਈ ਆਪਣੀ ਯਾਦ ਦੱਸੋ ਤਾਂ ਜ਼ਰਾ, ਆਪਣੀ ਦਾਦੀ ਦੇ ਹਵਾਲੇ ਨਾਲ ਕੋਈ ਉਹਨਾਂ ਦੀ ਕੋਈ ਗੱਲਬਾਤ, ਕੋਈ ਯਾਦ ਦੱਸੋ ਤਾਂ ਤੁਹਾਡੇ ਨਾਲ, ਕੋਈ ਐਸੀ ਗੱਲਬਾਤ ਹੋਵੇ ਜਿਹੜੀ ਤੁਹਾਨੂੰ ਉਹਨਾਂ ਦੀ ਦਾਦੀ ਦੀ ਗੱਲ ਯਾਦ ਰਹਿੰਦੀ ਹੋਵੇ। ਕੋਈ ਨਹੀਂ, ਉਹ ਨਹੀਂ ਹੁਣ ਕੋਈ ਚੇਤਾ ਵੀ, ਕਿਤੇ ਅੱਜ ਦੀਆਂ ਗੱਲਾਂ, 90 ਸਾਲ ਦੀ ਤੇ ਮੇਰੀ ਉਮਰ ਹੋ ਗਈ। ਅੱਛਾ, ਫਿਰ ਜਦੋਂ ਇਹ ਪਾਕਿਸਤਾਨ ਦੀ ਖਬਰਾਂ ਆਪਣੇ ਪਿੰਡ 'ਚ ਕਿੱਦਾਂ ਪਹੁੰਚੀਆਂ, ਸਿੰਘ ਵੀ ਮੁਲਕ ਬਣਨ ਲੱਗਾ ਹੈ? ਜਦੋਂ ਇਹ ਜਲਜਲਾ ਪਿਆ ਵਾ ਨਾ, ਜਦੋਂ ਪਾਕਿਸਤਾਨ ਬਣਿਆ, ਉਦੋਂ ਫਿਰ ਲੋਕ ਕਹਿੰਦੇ ਸੀਗੇ ਵੀ ਆਪਾਂ ਇੱਥੋਂ ਚਲੇ ਜਾਣਾ। ਅਸੀਂ ਕਹਿੰਦੇ ਸੀ ਵੀ ਅਸੀਂ ਕਿਉਂ ਜਾਣਾ ਇੱਥੋਂ, ਸਾਰੀ ਅਸੀਂ ਤਾਂ ਇੱਥੇ ਹੀ ਰਹਿਣਾ। ਮੇਰਾ ਅੱਬਾ ਵੀ ਨਹੀਂ ਸੀ ਮੰਨਦਾ, ਉਹ ਵੀ ਕਹਿੰਦਾ ਸੀ ਨਹੀਂ ਜਾਣਾ। ਉੱਧਰੋਂ ਤਾਂ ਲੋਕ ਉੱਜੜੇ ਜਾਂਦੇ ਸੀ, ਅਤੇ ਮੇਰਾ ਅੱਬਾ ਲਾਗੇ ਇੱਕ ਪਿੰਡ ਸੀਗਾ ਡੋਲੇ, ਉਹ ਉੱਥੇ ਮੇਰੀ ਭੂਆ ਰਹਿੰਦੀ ਸੀ। ਅੱਬਾ ਮੇਰਾ ਉੱਥੇ ਗਿਆ ਆ, ਉੱਥੋਂ ਪਤਾ ਕਰਨ, ਉੱਥੇ ਗਿਆ ਤਾਂ ਉਹ ਵੀ ਸਮਾਨ ਬੰਨੀ ਜਾਣ। ਠੀਕ ਆ। ਉਹ ਵੀ ਨਿਕਲਣ ਲੱਗੇ, ਫਿਰ ਮੁੜ ਕੇ ਆਇਆ ਅਤੇ ਪਿੰਡ ਵਾਲੇ ਤਾਂ ਸਾਰੇ ਨਿਕਲ ਕੇ ਤੁਰ ਪਏ ਅਸੀਂ ਘਰ। ਅੱਛਾ। ਫਿਰ ਸਾਡਾ ਨਾ ਇੱਕ ਸਿੰਘ ਹੁੰਦਾ ਸੀਗਾ, ਉਹ ਸਾਡਾ ਤਾਇਆ ਬਣਿਆ ਸੀ, ਮੇਰੇ ਅੱਬੇ ਦਾ ਭਰਾ ਬਣਿਆ ਸੀ ਪੱਗ ਵੱਟ। ਉਹ ਰੋਟੀ ਵੀ ਸਾਡੇ ਨਾਲ ਹੀ ਬਹਿ ਕੇ ਖਾ ਲੈਂਦਾ ਹੁੰਦਾ ਸੀ। ਉਹ ਹਜੂਰਾ ਸਿਉਂ ਆ ਗਿਆ ਤਾਇਆ, ਉਹ ਆ ਗਿਆ ਅਤੇ ਉਹ ਸਾਡੇ ਕੋਲ ਖੜਾ ਪੀ ਨੂੰ ਕੁਛ ਕਹਿਣ ਨਾ, ਅਤੇ ਉੱਧਰੋਂ ਉਹ ਆ ਗਏ ਦੂਏ ਕੱਢਣ ਵਾਲੇ, ਉਹ ਕਿਰਪਾਨਾਂ ਲਈ ਫਿਰਨ, ਜੰਦੇ ਲਾਈ ਜਾਣ ਘਰਾਂ ਨੂੰ, ਲੋਟੀਆਂ ਪਾ ਲਈਆਂ ਉਹਨਾਂ ਨੇ। ਜਦੋਂ ਫਿਰ ਅੱਬਾ ਆਇਆ ਤਾਂ ਫਿਰ ਹਜੂਰਾ ਸਿੰਘ ਨੇ ਕਿਹਾ ਵੀ ਸ਼ਾਇਦ ਇਹਨਾਂ ਨਿਕਲਣਾ ਪੈਣਾ, ਜਾਨ ਬਚਾਓ। ਫਿਰ ਅਸੀਂ ਜਿਹੜਾ ਕੋਈ ਮਾੜਾ ਮੋਟਾ ਸੀ, ਅਸੀਂ ਚੱਕਿਆ ਸੀ ਘਰੋਂ ਚੀਨੀ, ਚੌਲ, ਘੇ ਦਾ ਪੀਪਾ, ਇਹ ਚੱਕ ਲਿਆ ਸੀ ਅਤੇ ਬੋਤੇ ਦੇ ਉੱਤੇ ਅਸੀਂ ਬਾਂਸ ਜਿਹੇ ਰੱਖ ਕੇ ਨਾ ਉੱਤੇ ਐਂ ਬਿਸਤਰੇ ਵਾਂਗੂ ਬਣਾ ਕੇ ਉੱਤੇ ਲੱਦ ਲਿਆ ਸੀ ਸਭ ਕੁਛ। ਫਿਰ ਅਸੀਂ ਵੀ ਤੁਰ ਪਏ ਮਗਰ ਹੀ ਲੋਕਾਂ ਦੇ, ਲਾਗੇ ਸਾਡੇ ਤਲਵੰਡੀ ਚੱਕ ਸੀ, ਕਾਲਰੂ, ਕਾਲਰੂ ਨਾਂ ਸੀ ਉਹ ਚੱਕ ਦਾ, ਉੱਥੇ ਸਾਰੇ ਗਏ। ਫਿਰ ਜਿਸ ਵੇਲੇ ਉੱਥੇ ਗਏ ਤਾਂ ਫਿਰ ਅਸੀਂ ਮਗਰੋਂ ਉਪੜੇ ਗਏ, ਤਾਂ ਉੱਥੇ ਸਾਡੇ ਰਿਸ਼ਤੇਦਾਰ ਵੀ ਸੀਗੇ, ਉਹ ਵੀ ਵਿਚਾਰੇ, ਉਹਨਾਂ ਨੇ ਸਾਨੂੰ ਫਿਰ ਰੋਟੀ ਰਾਟੀ ਖਿਲਾਈ, ਉਹ ਵੀ ਤਿਆਰੀ ਵੱਟਣ ਲੱਗ ਗਏ ਵੀ ਗਾਂਹ 'ਚ ਜਾਣਾ। ਉੱਥੇ 2 ਦਿਨ ਰਹੇ, ਉੱਥੋਂ ਵੀ ਫਿਰ ਗਾਂਹ ਆ ਗਏ ਕੱਢਣ ਵਾਲੇ। ਅੱਛਾ। ਫਿਰ ਉੱਥੋਂ ਤੁਰ ਪਏ, ਉੱਥੋਂ ਤੁਰੇ ਅਤੇ ਫਿਰ ਰਾਤ ਪਤਾ ਨਹੀਂ ਕਿਹੜੀ ਜਗ੍ਹਾ ਸੀ, ਉੱਥੇ ਫਿਰ ਇਕੱਠ ਹੋ ਗਿਆ, ਕੈਂਪ ਲੱਗ ਗਿਆ ਉੱਥੇ, ਉੱਥੇ ਰਾਤ ਕੱਟੀ, ਸਵੇਰ ਨੂੰ ਫਿਰ ਉੱਥੋਂ ਤੁਰ ਪਏ। ਉੱਥੋਂ ਤੁਰ ਗਏ, ਤੁਰ ਕੇ ਹੀ ਫਿਰ ਅਸੀਂ ਅੰਮ੍ਰਿਤਸਰ ਦੇ ਕੋਲ ਆਏ। ਅੰਮ੍ਰਿਤਸਰ ਦੇ ਕੋਲ ਫਿਰ ਉੱਥੇ ਕੈਂਪ ਲੱਗ ਗਿਆ। ਜਦੋਂ ਰਾਹ ਦੇ ਵਿੱਚ ਅਸੀਂ ਆਉਂਦੇ ਸੀ, ਇੱਕ ਰਾਤ ਅਸੀਂ ਬਿਆਸੇ ਦਰਿਆ 'ਤੇ ਕੱਟੀ, ਪੁਲ ਲੰਘ ਗਏ, ਪੁਲ ਲੰਘ ਕੇ ਅਤੇ ਫਿਰ ਉੱਥੇ ਬਿਆਸੇ ਦਰਿਆ 'ਤੇ ਅਸੀਂ ਬਹਿ ਗਏ। ਜਦ ਰਾਤ ਪਈ ਤਾਂ ਟ੍ਰੇਨ ਆਈ। ਅੱਛਾ। ਭਰੀ ਹੋਈ,
ਬੰਦਿਆਂ ਦੀ ਤੇ ਲੋਕਾਂ ਨੂੰ ਲਿਆਉਂਦੇ ਸੀ ਨਾ ਪਿੱਛੋਂ ਮੁਸਲਮਾਨਾਂ ਨੂੰ ਕੱਢ ਕੇ ਜਿਸ ਵੇਲੇ ਆਏ ਸਾਡੇ ਬਰੋਬਰ ਆਈ ਤਾਂ ਰਾਤ ਨੂੰ ਉਹਨਾਂ ਤੇ ਗੋਲੀ ਚੱਲਣ ਲੱਗ ਗਈ ਟ੍ਰੇਨ ਤੇ ਬੰਦਿਆਂ ਨੂੰ ਮਾਰਨ ਲੱਗ ਗਏ ਉਹ ਗੋਲੀਆਂ ਏਦਾਂ ਜਿੱਥੇ ਅਸੀਂ ਬੈਠੇ ਸੀ ਨਾਲ ਪੱਕੀ ਸੜਕ ਸੀ ਪੱਕੀ ਸੜਕ ਤੇ ਵੀ ਆ ਕੇ ਠਾਹ ਠਾਹ ਗੋਲੀਆਂ ਲੱਗਣ ਉੱਥੋਂ ਦਬ ਦਬ ਥੱਲੇ ਨੂੰ ਦਰਿਆ ਦੇ ਕੋਲ ਖਤਾਨਾ 'ਚ ਨੂੰ ਉਤਰ ਗਏ ਰਾਤ ਉੱਥੇ ਕੱਟੀ ਗੱਡੀ ਉਹਨਾਂ ਨੇ ਪੂਰੀ ਐਨ ਭੁੰਨ ਦਿੱਤੀ ਕੋਈ ਬੰਦਾ ਨਹੀਂ ਛੱਡਿਆ ਵਿੱਚ ਜਿਹੜੇ ਉੱਥੇ ਨਲਕੇ ਲੱਗੇ ਸੀ ਉਹਨਾਂ ਦੀਆਂ ਹਥੜੀਆਂ ਲਾਝੀਆਂ ਸੀ ਉੱਥੇ ਉਹਨਾਂ 'ਚੋਂ ਪਾਣੀ ਨਹੀਂ ਸੀ ਲੈਣ ਦਿੰਦੇ ਕਿਸੇ ਤੱਕਾਂ ਕੱਢਣ ਏਦਾਂ ਉੱਤੋਂ ਫੜ ਕੇ ਇੱਕ ਬੰਦਾ ਖਿੱਚਦਾ ਸੀ ਇੱਕ ਮੂਹਰੇ ਭਾਂਡਾ ਲਾਉਂਦਾ ਸੀ ਤੇ ਪਾਣੀ ਕੱਢਦੇ ਸੀ ਖੂਹਾਂ ਤੋਂ ਪਾਣੀ ਲੈਣ ਜਾਂਦੇ ਸੀ ਤੇ ਵਿੱਚ ਸਾਬਣ ਸੁੱਟਿਆ ਆਇਆ ਸੀ ਵੀ ਪੀ ਕੇ ਮਰਨਗੇ ਉੱਥੋਂ ਪਾਣੀ ਨਹੀਂ ਚੱਲੇ ਉੱਥੋਂ ਫਿਰ ਉੱਥੇ ਦੋ ਰਾਤਾਂ ਰਹੇ ਅਸੀਂ ਉੱਥੋਂ ਫਿਰ ਤੁਰ ਪਏ ਅੱਗੇ ਤੁਰ ਕੇ ਫਿਰ ਅਸੀਂ ਗਾਂ ਇੱਕ ਹੋਰ ਜਗ੍ਹਾ ਸੀ ਉੱਥੇ ਰਾਤ ਕੱਟੀ ਉੱਥੇ ਕੈਂਪ ਲੱਗਾ ਰਿਹਾ ਉੱਥੇ ਰਾਤ ਕੱਟੀ ਉੱਥੋਂ ਫੇਰ ਗਾਂ ਤੁਰੇ ਫਿਰ ਅੰਮ੍ਰਿਤਸਰ ਦੇ ਪਰਲੇ ਪਾਸੇ ਨਾ ਕੈਂਪ ਲੱਗ ਗਿਆ ਬਹੁਤ ਵੱਡਾ ਫਿਰ ਸਾਰੇ ਪਾਸਿਆਂ ਤੋਂ ਦੁਨੀਆ ਤੁਰੀ ਆਵੇ ਉੱਥੇ ਤੰਬੂ ਲਾਈ ਜਾਣ ਜਗ੍ਹਾ ਬਹੁਤ ਵੱਡੀ ਸੀ ਤੇ ਕੋਲ ਨਲਕੇ ਨੁਲਕੇ ਵੀ ਸੀਗੇ ਪਾਣੀ ਨੂੰ ਪੁੱਛਣ ਪਈ ਪਾਣੀ ਕਿੱਥੋਂ ਮਿਲਦਾ ਉਹ ਜਿਹੜਾ ਕੋਈ ਦੇਖ ਕੇ ਆਵੇ ਫਿਰ ਦੱਸਣ ਪਈ ਉਹ ਫਲਾਨੇ ਪਾਸੇ ਨਲਕਾ ਉੱਧਰ ਨੂੰ ਅਸੀਂ ਭਾਂਡੇ ਲੈ ਕੇ ਭੱਜ ਗਏ ਵੀ ਪਾਣੀ ਲਿਆਈਏ ਪਾਣੀ ਹਥੜੀਆਂ ਲਾਂਝੀਆਂ ਮਸਾਂ ਤੋਂ ਐਂ ਚੱਕ ਚੱਕ ਕੇ ਪਾਣੀ ਕੱਢਣ ਪੀਣ ਨੂੰ ਪਾਣੀ ਨਹੀਂ ਸੀ ਮਿਲਦਾ ਉੱਥੇ ਫਿਰ ਮੇਰੀ ਅੰਮੀ ਨਾਲ ਭਾਂਡੇ ਦੇਜਕਾ ਵੀ ਲੈ ਗਈ ਸੀ ਭਾਂਡੇ ਥੋੜ੍ਹੀਆਂ ਜਿਹੀਆਂ ਉਦੋਂ ਥਾਲੀਆਂ ਕਹਿੰਦੇ ਹੁੰਦੇ ਸੀ ਪਿੱਤਲ ਦੀਆਂ ਹੁੰਦੀਆਂ ਸੀ ਥਾਲੀਆਂ ਵੀ ਲੈ ਗਈ ਅੰਮੀ ਮੇਰੀ ਨੇ ਫਿਰ ਉੱਥੇ ਕਦੇ ਲੂਣ ਵਾਲੇ ਚੌਲ ਬਣਾ ਲੱਗੇ ਖਲਾ ਦੇਣੇ ਸਾਰਿਆਂ ਨੇ ਕਦੇ ਮਿੱਠੇ ਬਣਾ ਕੇ ਖਲਾ ਦੇਣੇ ਮੇਰੀਆਂ ਫੁੱਫੀਆਂ ਵੀ ਨਾਲ ਹੀ ਸੀ ਮੇਰੀ ਦਾਦੀ ਰਾਹ 'ਚ ਭੂਆ ਦੇ ਗੱਡੇ 'ਤੇ ਬੈਠੀ ਗੱਡਾ ਪਾਸ ਪੈ ਗਿਆ ਮੇਰੀ ਦਾਦੀ ਦਾ ਲੱਕ ਟੁੱਟ ਗਿਆ ਡੇਪੇ ਮੇਰੇ ਅੱਬੇ ਨੇ ਤੇ ਮੇਰੇ ਤਾਏ ਦੇ ਪੁੱਤ ਨੂੰ ਫਿਰ ਮੋਢਿਆਂ 'ਤੇ ਚੱਕ ਲਈ ਸੀ ਮੇਰੇ ਤਾਏ ਦਾ ਪੁੱਤ ਬਹੁਤ ਜਵਾਨ ਸੀ ਹੁਣ ਕਦੇ ਉਹਨ ਚੱਕਣੀ ਕਦੇ ਮੇਰੇ ਅੱਬੇ ਨੂੰ ਚੱਕਣੀ ਉੱਥੋਂ ਫਿਰ ਐਲਾਨ ਹੋ ਗਿਆ ਵੀ ਹੁਣ ਚੱਲੋ ਮੀਂਹ ਵੀ ਬਹੁਤ ਪਿਆ ਆ ਜਿਸ ਵੇਲੇ ਅੰਮ੍ਰਿਤਸਰ ਦੇ ਵਿੱਚ ਆਏ ਤੇ ਪਰੈਣੀਆਂ ਖੋਈ ਜਾਣ ਗੱਡਿਆਂ ਵਾਲਿਆਂ ਕੋਲ ਜਿਨ੍ਹਾਂ ਕੋਲ ਗੱਡੀ ਸੀ ਗਾਂ ਅੱਗੇ ਜਾ ਕੇ ਐਨ ਇੱਕ ਪਿੰਡ ਇੱਧਰ ਵਾ ਇੱਕ ਇੱਧਰ ਵਾ ਵਿਚਾਲੇ ਦੀ ਤੁਰੇ ਜਾਂਦੇ ਹਾਂ ਅਤੇ ਉਹ ਦਿਸਣ ਭੱਜੇ ਫਿਰਦੇ ਗਾਤਰੇ ਫੜੇ ਹੋਏ ਤਲਵਾਰਾਂ ਫੜ ਗਈਆਂ ਭੱਜੇ ਫਿਰਦੇ ਦਿਸਦੇ ਆ ਉਦੋਂ ਹੀ ਪਤਾ ਲੱਗਾ ਜਦੋਂ ਵੱਢਣ ਆ ਲੱਗੇ ਐਂ ਗਰਦਣਾ ਫੜਨ ਲਾ ਲਾ ਚਿੱਟੀ ਜਾਣ ਬਹੁਤ ਦੁਨੀਆ ਵੱਡੀ ਉੱਥੇ ਬਹੁਤ ਵੱਡੀ ਢੇਰ ਲੱਗ ਗਏ ਦੁਨੀਆ ਦੀ ਇੱਦਾਂ ਸਾਡੇ ਇੱਥੋਂ ਤਾਈਂ ਪੈਰ ਅੰਤਣੀਆਂ ਨਾ ਖੂਨ ਨਾਲ ਲਿਬੜੇ ਹੋਏ ਸੀ ਇੰਨਾ ਵਡਾਂਗਾ ਹੋਇਆ ਵੱਡੀ ਜਾਣ ਮੈਂ ਖੜੀ ਦੇਖੀ ਜਾਵਾਂ ਕੁੜੀਆਂ ਨੂੰ ਖਿੱਚ ਕੇ ਲਈ ਜਾਣ ਮੈਂ ਖੜੀ ਵਿਚਾਲੇ ਉੱਧਰੋਂ ਮੇਰੀ ਭੈਣ ਮੇਰੀ ਦਾਦੀ ਉੱਤੇ ਪਾਈ ਹੋਈ ਬੋਤੇ ਦੇ ਉੱਤੇ ਰਜਾਈਆਂ ਸਿੱਟ ਕੇ ਤਾਂ ਉੱਤੇ ਪਾ ਲਈ ਉੱਤੇ ਪਈ ਰਹੂਗੀ ਤੇ ਵੀ ਇੱਦਾਂ ਹੀ ਪੜਾਵਾਂਗੇ ਉਹ ਇੱਦਾਂ ਛਪੜੀ ਸੀ ਉਹ ਬੋਤੇ ਦਾ ਪੈਰ ਤਿਲਕ ਗਿਆ ਉਹ ਦਾਦੀ ਉੱਤੇ ਹੀ ਪਈ ਵਿਚਾਰੀ ਰੌਲਾ ਪਾਈ ਜਾਵੇ ਮੇਰੀ ਭੈਣ ਉੱਤੋਂ ਡਿੱਗ ਪਈ ਮੇਰੀ ਭੈਣ ਨੂੰ ਉੱਤੇ ਹੁੱਕਾ ਵੀ ਫੜਿਆ ਆ ਮੇਰੇ ਅੱਬੇ ਦਾ ਅੱਬਾ ਮੇਰਾ ਹੁੱਕਾ ਪੀਂਦਾ ਹੁੰਦਾ ਸੀ ਉਹ ਮੈਂ ਉਹਨੂੰ ਕਹੀ ਜਾਵਾਂ ਹੁੱਕਾ ਸਿੱਟਦੇ ਹਸ਼ਮ ਤੇ ਹੁੱਕਾ ਸਿੱਟਦੇ ਨਾ ਕਹਿੰਦੀ ਅੱਬਾ ਕੀ ਪੀਊਗਾ ਅੱਬਾ ਹੁੱਕਾ ਕਿੱਥੋਂ ਲਊਗਾ ਅਸੀਂ ਖੜੇ ਉੱਥੇ ਇੱਕ ਸਾਡੇ ਕੋਲ ਕੁਰਾਨ ਇੱਕ ਦਾਦੀ ਉਹ ਦਾਦੀ ਸਾਡੀਆਂ ਜਾਨਾਂ ਕੁਰਾਨ ਤਾਂ ਦਾਦੀ ਜਾਨਾਂ ਵਿਚ ਆਉਂਦੇ ਆਏ
ਸਾਡਾ ਤਾਏ ਕਾ ਤੇ ਸਾਡਾ ਦੋਹਾਂ ਘਰਾਂ ਦਾ ਵਾਲ ਵਿੰਗਾ ਨਹੀਂ ਹੋਇਆ। ਉੱਥੇ ਮੇਰੀ ਭੂਆ ਵੱਢੀ, ਮੇਰਾ ਫੁੱਫੜ ਵੱਢਿਆ, ਮੇਰੀ ਭੂਆ ਦਾ ਪੁੱਤ ਵੱਢਿਆ। ਇੱਦਾਂ ਜਦ ਅਸੀਂ ਲੰਘੇ ਹੁੰਦੇ ਹਾਂ, ਫੁੱਫੜ ਦੀ ਲਾਸ਼ ਪਈ ਅਤੇ ਸਾਫਾ ਐਡੀ ਦੂਰ ਡਿੱਗਾ ਪਿਆ, ਮੇਰੇ ਅੱਬੇ ਨੇ ਸਾਫਾ ਚੱਕਿਆ, ਉਹਦੇ ਉੱਤੇ ਦੇ ਦਿੱਤਾ ਅਤੇ ਤੁਰ ਪਏ। ਜਦ ਨੂੰ ਪਾਕਿਸਤਾਨ ਦੀ ਮਿਲਟਰੀ ਆ ਗਈ, ਲਾਹੌਰੋਂ ਪਾਕਿਸਤਾਨ ਦੀ ਮਿਲਟਰੀ ਜਿਹੜੀ ਆਈ, ਉਹਨਾਂ ਨੇ ਚਲਾਈ ਨਹੀਂ ਨਾ ਫਿਰ ਗੋਲੀ। ਜਿੰਨੀਆਂ ਕੁੜੀਆਂ ਲਗਾਏ ਸੀ ਖਿੱਚ ਖਿੱਚ ਕੇ ਸਭ ਲਿਆਏ ਕੱਢ ਕੇ, ਉਹ ਪਿੰਡ ਜਿਹੜੇ ਸੀ ਦੋ, ਉਹਨਾਂ ਨੂੰ ਅੱਗ ਲਾ ਦਿੱਤੀ। ਅੱਗਾਂ ਲੱਗੀਆਂ ਗਈਆਂ ਦਿਸਣ, ਧੂੰਏ ਨਿਕਲਦੇ ਦਿਸਣ, ਸਾਨੂੰ ਫਿਰ ਕਹਿਣ ਤੁਸੀਂ ਖੜ੍ਹੇ ਹੋ ਕੇ ਦੇਖੋ। ਹੁਣ ਉੱਥੇ ਹੀ ਰਾਤ ਪੈ ਗਈ, ਰਾਤ ਨੂੰ ਫਿਰ ਬਾਰਡਰ ਪਾਸ ਕੀਤਾ। ਬੜੀ ਮੁਸੀਬਤ। ਅੱਗੇ ਜਿਸ ਵੇਲੇ ਜੱਲੋ ਕੀ ਆਏ ਬਾਰਡਰ ਪਾਸ ਕਰਕੇ, ਉੱਥੇ ਫਿਰ ਬਹਿ ਗਏ। ਇੱਕ ਮੇਰਾ ਭਰਾ ਖੁੰਝ ਗਿਆ ਉੱਥੋਂ ਛੋਟਾ, ਇੱਕ ਮੇਰੇ ਤਾਏ ਦੀ ਧੀ। ਤਾਏ ਦੀ ਧੀ ਤਾਂ ਜਾ ਰਲੀ ਕਿਤੇ ਆਪਦੇ ਨਾਨਕਿਆਂ ਨਾਲ, ਉਹਦੀਆਂ ਮਾਮੀਆਂ ਨੂੰ ਕਾਬੂ ਕਰ ਲਈ। ਮੇਰਾ ਭਰਾ ਉਹ ਨਾ ਲੱਭਾ, ਉਹ ਫਿਰ ਸਵੇਰ ਨੂੰ ਮਿਲਿਆ ਸਾਨੂੰ। ਮੇਰੀ ਤਾਈ, ਮੇਰੇ ਤਾਏ ਦੀ ਧੀ, ਮੇਰੀ ਤਾਈ ਦੀ ਧੀ ਜਿਹੜੀ ਗੁਆਚੀ ਸੀ, ਉਹਦੇ ਗਮ ਨਾਲ ਹੀ ਬਸ ਉਹ ਡਿੱਗ ਪਈ ਉੱਥੇ ਹੀ, ਮਰ ਕੇ ਮਰੀ ਪਈ ਆ। ਜਦ ਨੂੰ ਉਹਦੇ ਭਰਾ ਆ ਗਏ, ਪਿੱਛੋਂ ਗੱਡਾ ਲਈ ਆਉਂਦੇ ਭਰਾ ਆ ਗਏ, ਭਰਾਵਾਂ ਨਾ ਆ ਕੇ ਫਿਰ ਮੇਰੀ ਤਾਈ ਨੂੰ, ਉਹ ਭਤੀਜੀਆਂ ਆਈਆਂ ਉਹਨਾਂ ਨਾ ਆ ਕੇ ਫਿਰ ਦਬ ਦਬ ਨਾਲ ਆਈ ਉੱਥੇ। ਐਂ ਥੋੜ੍ਹੀ ਦੂਰ ਕਵਰ ਪੱਟੀ ਪੱਟ ਕੇ, ਖੱਫਣ ਵੀ ਸੀਗਾ ਸਾਡੇ ਕੋਲ। ਹਾਂ, ਅਸੀਂ ਘਰੋਂ ਖੱਦਰ ਚੱਕ ਲਿਆਏ ਸੀ, ਮੇਰੀ ਦਾਦੀ ਕਾਤੇ ਦੀ ਬਹੁਤ ਹੁੰਦੀ ਸੀ, ਉਹੀ ਸੂਈ ਨਾਲ ਸੀਂ ਕੇ ਖੱਫਣ ਪਾ ਕੇ ਨਲਾ ਕੇ ਮੇਰੀ ਤਾਈ ਉੱਥੇ ਦਫਨਾ। ਉੱਥੋਂ ਫਿਰ ਦੂਏ ਦਿਨ ਤੁਰ ਪਏ, ਲਾਹੌਰ ਆ ਗਏ। ਲਾਹੌਰੋਂ ਅੱਗੇ ਲੰਘੇ, ਜਦੋਂ ਲੰਘ ਕੇ ਉੱਥੇ ਕੈਂਪ ਲੱਗਾ ਰਿਹਾ, ਉੱਥੋਂ ਫਿਰ ਤੁਰ ਕੇ ਹੀ ਅਸੀਂ ਹੜੱਪੇ ਸਟੇਸ਼ਨ 'ਤੇ ਉੱਪੜੇ, ਤੁਰ ਕੇ ਹੀ ਆਏ। ਜਿੱਥੇ ਥੱਕ ਜਾਂਦੇ ਸੀ ਉੱਥੇ ਰਾਤ ਰਾਤ ਪੈ ਜਾਂਦੀ ਸੀ, ਉੱਥੇ ਰਾਤ ਰਹਿ ਲੈਂਦੇ ਸੀ, ਉੱਥੇ ਹੀ ਉਹ ਚੌਲ ਪਕਾ ਕੇ ਖਾ ਲੈਂਦੇ ਸੀ, ਫਿਰ ਤੁਰ ਪੈਂਦੇ ਸੀ। ਕੁਛ ਨਹੀਂ ਸੀ ਚੱਕਿਆ, ਇੱਕ ਉਹ ਖਾਣਾ ਹੀ ਚੱਕਿਆ ਸੀ। ਲੋਕ ਭੁੱਖਿਆਂ ਦਾ ਕੋਈ ਹਾਲ ਨਹੀਂ ਸੀ। ਮੇਰੀ ਅੰਮੀ ਉਹ ਜਿੱਥੇ ਬਹਿ ਮਾੜਾ ਮੋਟਾ ਬਾਲਣ ਇਕੱਠਾ ਕਰਕੇ ਪਕਾ ਕੇ ਕਲਾ ਦਿੰਦੀ ਸੀ ਸਾਰਿਆਂ ਨੂੰ। ਦੇਖ ਲਾ ਮੇਰੀਆਂ ਫੁੱਫੀਆਂ, ਮੇਰੀ ਅੰਮੀ ਮੇਰੀ ਦਾਦੀ ਨੂੰ ਪੈਰਾਂ 'ਤੇ ਬਹਾਲ ਕੇ ਟੱਟੀ ਪਿਸ਼ਾਬ ਕਰਾਉਂਦੀ ਸੀ। ਮੇਰੀਆਂ ਫੁੱਫੀਆਂ ਗਾਲਾਂ ਕੱਢਦੀਆਂ ਹੁੰਦੀਆਂ ਸੀ, ਮੇਰੀ ਦਾਦੀ ਦੀਆਂ ਧੀਆਂ, ਇਹਨੂੰ ਲੈ ਜਾ ਇੱਥੋਂ, ਉੱਧਰ ਲਿਜਾ ਕੇ ਮਾਰ, ਉੱਧਰ ਲਿਜਾ ਕੇ ਬਹਾਲ, ਇਹਨੂੰ ਲੈ ਜਾ ਇੱਥੋਂ, ਜਾਵੇ ਕਿਤੇ ਚਾਰ ਚਫੇਰੇ ਤਾਂ ਦੁਨੀਆ, ਟੋਆ ਪੱਟ ਕੇ ਤੋ ਬਹਾਲ ਕੇ ਫਿਰ ਮਗਰੋਂ ਦੱਬ ਦਿੰਦੀ ਸੀ। ਉਹ ਜਿਹੜੀਆਂ ਇੱਦਾਂ ਕਰਦੀਆਂ ਸੀ ਉਹੀ ਰਾਹ 'ਚ ਰਹਿ ਗਈਆਂ। ਸਾਡਾ ਕੁਛ ਨਹੀਂ ਵਿਗੜਿਆ, ਇੱਦਾਂ ਜਿਹੜਾ ਪੇਟੇਸ਼ਨ 'ਤੇ ਪੜਾ ਲਈ, ਜਿਹੜਾ ਪੇਟੇਸ਼ਨ 'ਤੇ ਆ ਕੇ ਦਾਦੀ ਬਹੁਤੀ ਹੋ ਗਈ ਉੱਥੇ ਫੌਤ ਹੋ ਗਈ, ਉਹਦੀ ਕਬਰ ਜਿਹੜਾ ਪੇਟੇਸ਼ਨ 'ਤੇ ਆ। ਕਈ ਸਾਲ ਮੇਰਾ ਅੱਬਾ ਜੀ ਜਾਂਦੇ ਰਹੇ ਕਬਰ 'ਤੇ ਦੁਆ ਮੰਗਣ, ਕਈ ਸਾਲ ਫਿਰ ਇੱਕ ਵਾਰੀ ਆ ਕੇ ਕਹਿੰਦਾ ਰਹਿਮ 'ਤੇ, ਕਹਿੰਦਾ ਉੱਥੇ ਤਾਂ ਮਕਾਨ ਬਣ ਗਏ ਹੁਣ ਕਬਰਸਤਾਨ 'ਚ, ਮੈਨੂੰ ਕਬਰ ਹੀ ਨਹੀਂ ਲੱਭੀ। ਮੈਂ ਕਿਹਾ ਅੱਬਾ ਹੁਣ ਨਾ ਜਾਈ, ਉੱਥੋਂ ਲੈਣਾ ਵੀ ਆਪਾਂ ਕੀ ਆ ਜਾ ਕੇ। ਇੱਕ ਕੁਰਾਨ, ਇੱਕ ਮੇਰੀ ਦਾਦੀ, ਉਹਨ ਸਾਡਾ ਵਾਲ ਨਹੀਂ ਵਿੰਗਾ ਹੋਣ ਦਿੱਤਾ, ਉਹਨ ਸਾਨੂੰ ਬੜੀ ਹਿਫਾਜ਼ਤ ਨਾਲ ਪੜਾਇਆ। ਉੱਥੋਂ ਫਿਰ ਦਾਦੀ ਫੌਤ ਹੋ ਗਈ, ਫਿਰ ਮੇਰੇ ਮੋਟੀ ਮਾਤਾ ਨਿਕਲ ਆਈ, ਬਹੁਤ ਨਿਕਲੀ, ਫਿਰ ਉੱਥੇ ਬਹਿਣਾ ਪੈ ਗਿਆ। ਫਿਰ ਜਦੋਂ ਉਹ ਮਾਤਾ ਮੁੜ ਗਈ, ਐਂ ਉਹ ਜਿਹੜੇ ਖਰੀਂਡ ਜਿਹੇ ਸੀਗੇ ਜਰਾ ਕੁ ਕੈੜੇ ਜਿਹੇ ਹੋ ਗਏ, ਫਿਰ ਉੱਥੋਂ ਤੁਰ ਪਏ। ਉੱਥੋਂ ਤੁਰੇ ਅਤੇ ਇੱਕ ਰਾਤ ਜਿਹੜਾ ਦਰਿਆ ਸੀ ਉਹ ਲੰਘ ਕੇ ਇੱਕ ਰਾਤ ਉੱਥੇ ਰਹੇ,
ਰਾਹ 'ਚ ਕਿਸੇ ਦੇ ਡੇਰੇ 'ਤੇ ਕੋਈ ਕੋਠਾ ਸੀ, ਉੱਥੇ ਰਾਤ ਕੱਟ ਲਈ। ਉੱਥੋਂ ਰਾਤ ਕੱਟ ਕੇ ਤਾਂ ਫਿਰ ਤੁਰੇ ਕਮਾਲੀਆ ਨੰਘੇ, ਅਤੇ ਅੱਗੇ ਫਿਰ ਮੰਗਣੇਜਾ ਆ ਗਿਆ। ਮੰਗਣੇਜੇ ਦੇ ਨਾਲ ਹੀ 10 ਚੱਕ ਸੀ ਮੇਰੇ ਨਾਨਕਿਆਂ ਨੂੰ, ਉਹ ਪਹਿਲਾਂ ਆ ਗਏ ਸੀ, ਉਹਨਾਂ ਨੂੰ ਉੱਥੇ ਜ਼ਮੀਨ ਪੈ ਗਈ ਸੀ। ਉੱਥੇ ਗਏ, ਅੱਬਾ ਕਹਿੰਦਾ ਵੀ ਆਹ ਪਿੰਡ ਵਾ, ਇੱਥੇ ਰਾਤ ਕੱਟ ਲਈ। ਗਏ ਤਾਂ ਉੱਥੇ ਮੇਰੇ ਮਾਮੇ, ਅਸੀਂ ਤਾਂ ਮਾਮਿਆਂ ਕੋਲ ਚਲੇ ਗਏ, ਠੀਕ ਹੈ, ਮਾਮਿਆਂ ਦੇ ਕੋਲ ਰਹੇ। ਮਾਮਿਆਂ ਨੂੰ ਜਿਹੜੀ ਜ਼ਮੀਨ ਪਈ ਸੀ, ਮੇਰੇ ਨਾਨੇ ਦੀ ਜ਼ਮੀਨ ਬਹੁਤ ਸੀ, ਨਾਨਾ ਮੇਰਾ ਵਕੀਲ ਸੀ ਕਪੂਰਥਲੇ, ਅਤੇ ਕਣਕ ਪੱਕੀ ਹੋਈ ਉੱਥੇ, ਫਿਰ ਕਣਕ ਵੱਢੀ। ਕਣਕ ਵੱਢ ਕੇ ਤਾਂ ਫਿਰ ਉਹ ਜਿਹੜੀ ਕਣਕ ਵੱਢੀ, ਸਾਡੇ ਦਾਣੇ ਬਣ ਗਏ ਸਾਲ ਦੇ ਖਾਣ ਦੇ। ਉੱਥੇ ਰਹੇ, ਉੱਥੋਂ ਫਿਰ ਮੇਰੇ ਮਾਸੜ ਸੀਗਾ 19 ਚੱਕ 'ਚ, ਹਾਂ 19 ਜਿਹੜੀ ਪੀਰ ਮਹਾਲ ਦੇ ਕੋਲ ਆ, ਇੱਥੇ ਮੇਰੀ ਸਗੀ ਮਾਸੀ ਸੀ, ਮੇਰੇ ਮਾਸੜ ਨਾਲ ਰਹਿਮਤੁੱਲਾ ਸੀ, ਮੇਰੀ ਮਾਸੀ ਨਾਲ ਫੱਤੀ ਕਹਿੰਦੇ ਹੁੰਦੇ ਸੀ, ਨਾ ਤਾਂ ਫਤਿਹ ਬੀਬੀ ਸੀ। ਮੇਰੇ ਮਾਸੜ ਫਿਰ ਤੁਰ ਕੇ ਨਾ ਫਿਰ ਸਾਨੂੰ ਵੀ ਜ਼ਮੀਨ ਪਵਾ ਦਿੱਤੀ 22 ਚੱਕ 'ਚ, ਛੋਟੂ ਰਾਮ ਵਾਲੀ 22 'ਚ। ਉੱਥੇ ਰਹੇ ਕੁਛ ਚਿਰ, ਉੱਥੇ ਫਿਰ ਹੜ ਆ ਗਿਆ, ਕੋਠੇ ਢਹਿ ਗਏ। ਫਿਰ ਇੱਕ ਵਾਰੀ ਬਣਾਏ ਕੋਠੇ, ਦੂਏ ਸਾਲ ਫਿਰ ਹੜ ਆ ਗਿਆ, ਫਿਰ ਢਹਿ ਗਏ। ਫਿਰ ਅਸੀਂ ਉੱਥੋਂ 11 ਚੱਕ 'ਚ ਆ ਗਏ, ਫਿਰ 11 'ਚ ਹੀ ਰਹੇ, 11 'ਚ ਹੀ ਬਸ ਸਾਰੇ। 11 'ਚ ਹੀ ਫਿਰ ਮੇਰੀ ਅੰਮੀ ਬਹੁਤ ਹੋਈ, 11 'ਚ ਹੀ ਮੇਰਾ ਅੱਬਾ ਉੱਥੇ ਹੀ ਬਹੁਤ ਹੋਈ, 11 'ਚ ਮੇਰਾ ਭਰਾ ਫੌਜ 'ਚ ਚਲਾ ਗਿਆ ਵੱਡਾ, ਛੋਟਾ ਜਿਹੜਾ ਸੀ ਫਿਰ ਉਹ ਘਰ ਹੀ ਸੀਗਾ। ਅੱਲਾ ਤਾਲਾ ਨੇ ਫਿਰ ਸਾਨੂੰ ਇੱਕ ਭਰਾ ਹੋਰ ਦੇ ਦਿੱਤਾ ਸੀ, ਵੱਡੇ ਨਾਲ ਮੁਹੰਮਦ ਸੈਨ ਸੀ, ਛੋਟੇ ਨਾਲ ਤਾਲਬ ਸੀ, ਉਦੋਂ ਛੋਟੇ ਨਾਲ ਅਰਸ਼ਦ, ਤਿੰਨ ਭਰਾ। ਜਿਹੜਾ ਫੌਜ 'ਚ ਗਿਆ ਉਹਦਾ ਨਾਂ ਕੀ ਸੀ? ਮੁਹੰਮਦ ਸੈਨ, ਉਹ ਮੇਰੇ ਤੋਂ ਛੋਟਾ ਸੀ। ਕਿਹੜੀ ਬੜੀ ਫੌਜ ਗਿਆ ਸੀਗਾ? ਬੜੀ ਫੌਜ ਜਿਹੜੀ ਲੜਾਕੀ ਉਹਦੇ 'ਚ ਸੀ। ਅੱਛਾ, ਜਿਹੜੀ ਪੈਦਲ ਚੱਲਣ ਵਾਲੀ ਆ, ਹਵਾਈ? ਹਾਂ ਹਾਂ, ਪੈਦਲ ਚੱਲਣ ਵਾਲੀ। ਉਹਦੇ ਜਦੋਂ ਪਾਕਿਸਤਾਨ ਬਣ ਕੇ ਜਦੋਂ ਜੰਗ ਲੱਗੀ ਆ, ਉਹ ਜੰਗ ਮੇਰੇ ਭਰਾ ਨਾਲ ਲੜੀ ਆ, ਇੱਥੇ ਲੱਤਾਂ 'ਤੇ ਗੋਲੀਆਂ ਵੀ ਲੱਗੀਆਂ ਹੋਈਆਂ। ਇੱਦਾਂ ਸਾਡੇ ਨਾਲ ਹੁੰਦੀ ਰਹੀ ਬਸ, ਅੱਲਾ ਤਾਲਾ ਕੁਲ 'ਤੇ ਰਹਿਮ ਕਰੇ, ਕੁਲ 'ਤੇ ਰਹਿਮ ਕਰੇ। ਇੱਕ ਗੱਲ ਆ, ਕੁਰਾਨ ਸ਼ਰੀਫ ਪੜ੍ਹਨੋ ਨਾ ਹਟ, ਨਮਾਜ਼ ਪੜ੍ਹਨੋ ਨਾ ਹਟ, ਨਮਾਜ਼ ਵੀ ਪੜ੍ਹ, ਕੁਰਾਨ ਸ਼ਰੀਫ ਵੀ ਪੜ੍ਹ। ਇੱਕ ਆਪਦਾ ਮਾਂ ਬਾਪ ਜਿਹੜਾ ਨਾ, ਉਹਦੇ ਪੈਰਾਂ ਥੱਲੇ ਜੰਨਤ ਆ, ਮਾਂ ਦੇ ਪੈਰਾਂ ਥੱਲੇ ਜੰਨਤ ਆ, ਬਾਪ ਨੂੰ ਤਾਂ ਕੋਈ ਪੁੱਛਦਾ ਨਹੀਂ, ਮਾਂ ਦੇ ਪੈਰਾਂ ਥੱਲੇ ਜੰਨਤ ਆ। ਬਸ ਮਾਂ ਨੂੰ ਆਪਦੀ ਨੂੰ ਨਾ ਰੋਲ, ਜਿਹੜਾ ਮਾਂ ਨੂੰ ਰੋਲੂ ਉਹ ਕਾਸੇ ਜੋਗਾ ਨਹੀਂ, ਉਹਦੀ ਅਗਲੇ ਪਾਸੇ ਵੀ ਢੋਈ ਨਹੀਂ, ਉਹਨੂੰ ਇੱਥੇ ਵੀ ਕੁਛ ਨਹੀਂ ਮਿਲਣਾ। ਜਿੱਦਾਂ ਮੇਰੇ ਅੱਬੇ ਹੋਣਾ ਨਾ ਆਪਦੀ ਮਾਂ ਸਾਂਭੀ ਸੀ ਨਾ, ਉੱਦਾਂ ਹੀ ਮੇਰੇ ਭਰਾਵਾਂ ਨੇ ਮੇਰੀ ਮਾਂ ਸਾਂਭੀ। ਜੈਨਮ ਬੀਬੀ ਸੀ ਮੇਰੀ ਮਾਂ, ਮੇਰੇ ਅੱਬੇ ਨਾਲ ਸ਼ਾਹਦੀਨ ਸੀ। ਅਸਗਰ ਮੈਨੂੰ ਥੋੜਾ ਜਿਹਾ ਪਾਣੀ ਲਿਆ ਕੇ ਦੇ। ਹੁਣ ਕਦੀ ਆਪਣਾ ਪੁਰਾਣਾ ਪਿੰਡ ਯਾਦ ਆਇਆ? ਆਉਂਦਾ ਬਹੁਤ, ਬਹੁਤ ਆਉਂਦਾ, ਬਹੁਤ ਜ਼ਿਆਦਾ ਆਉਂਦਾ, ਕਈ ਵਾਰੀ ਆਉਂਦਾ। ਉਹ ਜਿਹੜਾ ਮੁਲਕ ਸੀ ਨਾ, ਦੇਸ਼ ਸੀ ਨਾ, ਉਹਦੇ ਨਾਲ ਦੀ ਕਿਤੇ ਰੀਸ। ਆਪਣੇ ਇੱਥੇ ਹੁਣ ਕਹਿੰਦੇ ਗਰਮੀ ਗਰਮੀ, ਉੱਥੇ ਜਿਹੜੀ ਗਰਮੀ ਹੁੰਦੀ ਸੀ ਨਾ, ਗਰਮੀਆਂ ਨੂੰ ਬੰਦਿਆਂ ਦੇ ਰੰਗ ਕਾਲੇ ਨਹੀਂ ਸੀ ਹੁੰਦੇ, ਲਾਲ ਹੁੰਦੇ ਸੀ, ਹੈਂ ਗੁਲਾਬੀ ਰੰਗ ਹੁੰਦੇ ਸੀ, ਖੂਹਾਂ ਦਾ ਪਾਣੀ ਹੁੰਦਾ ਸੀ।
ਅਸੀਂ ਛੋਟੇ ਚਤਾਨ ਵਿੱਚ ਵੜਿਆ ਉਹਨੂੰ ਉੱਥੋਂ ਹੀ ਨਪਟਿਆ ਅਤੇ ਤੂੰ ਇੱਥੇ ਕੀ ਕਰਦਾ ਇੱਦਾਂ ਹੀ ਕਿਹਾ ਕਰੇ ਤੇਰੇ ਪੁੱਤ ਆਇਸ਼ ਕਰਦੇ ਆ ਭਾਈ ਤੂੰ ਇੱਥੇ ਕੀ ਕਰਦਾ ਉਹਨਾਂ ਦੇ ਮਗਰ ਲੱਗ ਕੇ ਆ ਗਿਆ ਛੱਡਿਆ ਆ ਸਭ ਕੁਛ ਆ ਗਿਆ ਅਤੇ ਸਾਲ ਬਾਅਦ ਫਿਰ ਮੈਂ ਚਲੀ ਗਈ ਮੈਨੂੰ ਹਟਾਉਂਦੇ ਵੀ ਰਹੇ ਮੈਂ ਕਿਹਾ ਨਹੀਂ ਮੈਨੂੰ ਇਹਦੀ ਫੁੱਫੀ ਦਾ ਪੁੱਤ ਨਾ ਭੈਣ ਹੀ ਕਹਿੰਦਾ ਹੁੰਦਾ ਸੀ ਭੈਣ ਹੀ ਬਣੀ ਸੀ ਮੈਂ ਉਹਦੇ ਉਹਨਾਂ ਦੇ ਫੋਨ ਆਉਂਦੇ ਸੀ ਤੂੰ ਆ ਜਾ ਜਿੱਦਾਂ ਵੀ ਹੈਗਾ ਇੱਥੋਂ ਆ ਜਾ ਤੇਰਾ ਜਿਹੜਾ ਕਿਰਾਇਆ ਲੱਗਾ ਪੈਸੇ ਅਸੀਂ ਫਿਰ ਇੱਥੇ ਆਏ ਘੱਲ ਦਾਂਗੇ ਅਸਗਰ ਅਸਗਰ ਨੇ ਫਿਰ ਕਣਕ ਕੁਣਕ ਵੇਚੀ ਕੁਛ ਵੇਚ ਕੇ ਮੇਰਾ ਕਿਰਾਇਆ ਰੱਖ ਤਾ ਮੈਂ ਚਲੀ ਗਈ ਜਦੋਂ ਫਿਰ ਮੈਨੂੰ ਗਈ ਨੂੰ ਘਰ ਵੀ ਮਿਲ ਗਿਆ ਮੇਰੇ ਪੈਸੇ ਵੀ ਮੈਨੂੰ 100 ਪਾਊਂਡ ਮਿਲਣ ਲੱਗ ਗਿਆ ਸੱਤਾਂ ਦੇ ਨਾਂ ਦਾ ਘਰ ਵੀ ਮਿਲ ਗਿਆ ਆਪਦਾ ਇਹ ਇਹ ਪੈਸੇ ਜਦੋਂ ਆਇਆ ਆਪਦੇ ਉਹਦੇ ਨਾਂ ਕਰਾਇਆ ਆ ਹੁਣ 3 ਮਹੀਨਿਆਂ ਦੇ ਪੈਸੇ ਲਏ ਘੱਲ ਦਿੱਤੇ ਮਗਰੋਂ ਗੌਰਮੈਂਟ ਨੇ ਪੈਸੇ ਨਹੀਂ ਘੱਲੇ ਉਹ ਕਹਿੰਦੇ ਉਹ ਮਰ ਗਿਆ ਹੋਊ ਜਿਹੜੇ ਇਹਦੇ ਨਾਂ ਪੈਸੇ ਜਾਂਦੇ ਫਿਰ ਇਹਨੂੰ ਵੀ ਜਾਣਾ ਪਿਆ ਜਾ ਕੇ ਇਹਨੂੰ ਫਿਰ ਪੈਸੇ ਛਡਾ ਲਏ ਦੇਲਾ ਫਿਰ ਮੇਰੀ ਗਈ ਤਾਂ ਮਗਰੋਂ ਮੈਨੂੰ ਇੰਨੇ ਪੈਸੇ ਮਿਲਦੇ ਸੀ ਆਲੀ ਕਿਆਲੀ ਜ਼ਮੀਨ ਫਿਰ ਉਦੋਂ ਖਰੀਦੀ ਅਸੀਂ ਇਹਨਾਂ ਸੌਦਾ ਕਰ ਲਿਆ ਮੈਂ ਫਿਰ ਉੱਥੋਂ ਆ ਗਈ ਜਾ ਕੇ ਫਿਰ ਮੈਂ ਪੈਸੇ ਬੈਂਕ 'ਚੋਂ ਕਢਾ ਕੇ ਜ਼ਮੀਨ ਦੇ ਤਾਰੇ 22 ਲੱਖ ਰੁਪਏ ਅੱਲਾ ਖੁਸ਼ੀਆਂ ਹੀ ਦਿੰਦਾ ਗਿਆ ਅੱਲਾ ਖੁਸ਼ੀਆਂ ਹੀ ਦਿੰਦਾ ਅੱਛਾ ਉੱਥੇ ਖੈਰ ਤੁਹਾਡੇ ਜਿੱਥੇ ਤੁਸੀਂ ਮਤਲਬ ਇੰਗਲੈਂਡ ਰਹਿੰਦੇ ਹੋ ਉਹਨਾਂ 'ਚੋਂ ਕੋਈ ਤੁਹਾਡੇ ਉੱਥੇ ਕੋਈ ਉਸ ਇਲਾਕੇ ਦੇ ਕਿਸੇ ਨਾਲ ਸਲਾਮ ਦੁਆ ਜਾਂ ਨਹੀਂ ਆਪਣੇ ਇਲਾਕਿਆਂ ਦੇ 25 ਦੇ ਆਪਣੇ ਆਹ ਸਾਡੇ ਫੁੱਫੀ ਦੇ ਪੁੱਤ ਬਹੌਲਪੁਰ ਰਹਿੰਦੇ ਆ ਉਧਰੋਂ ਦੇ ਹਿੰਦੁਸਤਾਨ ਵਾਲੀ ਸਾਈਡ ਦੇ ਤੁਹਾਡੇ ਪਿੰਡ ਦੇ ਉਧਰੋਂ ਕੋਈ ਸਿੱਖ ਨਹੀਂ ਨਹੀਂ ਉਧਰੋਂ ਕੋਈ ਨਹੀਂ ਮਿਲਿਆ ਇੱਕ ਮਿਲੀ ਸੀ ਕੁੜੀ ਅੱਛਾ ਇੱਕ ਮਿਲੀ ਸੀ ਉਹ ਵੀ ਉਹਦਾ ਪਿਓ ਵੀ ਮਗਰ ਫਿਰ ਮਿਲਣ ਗਿਆ ਉਹਨੂੰ ਅਤੇ ਉਹ ਮੈਂ ਉਹ ਕੁੜੀ ਕੋਲ ਜਾਂਦੀ ਹੁੰਦੀ ਸੀ ਮੈਨੂੰ ਬਹੁਤ ਚੰਗੀ ਲੱਗਦੀ ਹੁੰਦੀ ਸੀ ਉਹਨੂੰ ਕਹਿਣਾ ਸਾਡਾ ਉਹ ਪਿੰਡ ਸੀ ਸਾਡੇ ਪਿੰਡ ਦੇ ਨਾਲ ਦੀ ਸੀ ਕੁੜੀ ਦਾ ਉਹਦਾ ਨਾਮ ਪਤਾ ਨਹੀਂ ਕੀ ਸੀ ਮੈਨੂੰ ਯਾਦ ਨਹੀਂ ਉਹ ਕੱਪੜੇ ਸੀਂਦੀ ਹੁੰਦੀ ਸੀਗੀ ਫੈਕਟਰੀ ਦੇ ਮੈਂ ਚਲੀ ਜਾਣਾ ਉਹਦੇ ਕੋਲ ਝੱਟ ਕੇ ਬਹਿ ਜਾਣਾ ਘਰ ਇਕੱਲੀ ਹੁੰਦੀ ਸੀ ਉਹਦਾ ਪਿਓ ਗਿਆ ਹੋਇਆ ਜਦੋਂ ਮੈਂ ਗਈ ਤਾਂ ਉਹਨੇ ਮੈਨੂੰ ਪਛਾਣ ਲਿਆ ਉਹ ਮੈਨੂੰ ਕਹਿੰਦਾ ਕਾਕੀ ਤੂੰ ਸ਼ਾਹ ਦੀਨ ਦੀ ਧੀ ਆ ਮੈਂ ਉਹਦੇ ਮੂੰਹ ਵੱਲ ਦੇਖਣ ਲੱਗ ਗਈ ਮੈਂ ਕਿਹਾ ਹਾਂ ਮੈਂ ਸ਼ਾਹ ਦੀਨ ਦੀ ਧੀ ਆ ਕਹਿੰਦਾ ਹਾਂ ਤੁਸੀਂ ਸਾਡੇ ਕੋਲ ਹੀ ਰਹਿੰਦੇ ਸੀ ਕਹਿੰਦਾ ਮੈਨੂੰ ਪਤਾ ਮੈਂ ਤੈਨੂੰ ਪਛਾਣ ਲਿਆ ਤੂੰ ਛੋਟੀ ਜਿਹੀ ਹੁੰਦੀ ਸੀ ਉਹ ਕੁੜੀ ਫਿਰ ਮੇਰਾ ਬਹੁਤ ਖਿਆਲ ਕਰਨ ਲੱਗ ਗਈ ਵੀ ਅਸੀਂ ਤਾਂ ਇੱਕ ਥਾਂ ਦੇ ਹੀ ਹਾਂ ਸਾਰੇ ਉਹ ਮਿਲੀ ਆ ਮੈਨੂੰ ਫਿਰ ਉਹ ਘਰ ਵੀ ਆ ਜਾਂਦੀ ਹੁੰਦੀ ਸੀ ਕਈ ਵਾਰੀ ਮੰਮੀ ਚਲੀ ਜਾਣਾ ਵਿਚਾਰੀ ਬਿਜ਼ੀ ਰਹਿੰਦੀ ਸੀ ਆਪਦੇ ਕੰਮ 'ਚ ਮਾਂ ਕੱਪੜੇ ਸੀਂਦੀ ਸੀ ਬੰਦਾ ਸ਼ਰਾਬ ਪੀਂਦਾ ਸੀ ਉਹ ਜਿਹੜਾ ਕੰਮ ਕਰਦਾ ਸੀ ਆਪਦੀ ਸ਼ਰਾਬ ਵੀ ਪੀ ਜਾਂਦਾ ਸੀ ਉਹ ਵਿਚਾਰੀ ਘਰ ਦਾ ਤੋਰਦੀ ਸੀ ਸੀਂ ਕੇ ਕੱਪੜੇ ਫਿਰ ਉਹਨੂੰ ਘਰ ਆ ਹੋਰ ਲਿਆ ਆਪਦਾ ਸੋਹਣਾ ਬੰਗਲੋ ਲੈ ਲਿਆ ਸੀ ਮੈਨੂੰ ਫਿਰ ਲੈ ਕੇ ਗਈ ਕਹਿੰਦੀ ਦੇਖ ਕੇ ਆ ਮੇਰਾ ਘਰ ਕਿੰਨਾ ਸੋਹਣਾ ਮੈਂ ਲੈ ਲਿਆ ਉਹ ਜਿਹਨਾਂ ਦਾ ਮਾਲ ਛੀਂਦੀ ਸੀ ਨਾ ਉਹਨਾਂ ਨੂੰ ਉਹਦੀ ਮਦਦ ਬਹੁਤ ਕੀਤੀ ਸੀ ਉੱਥੇ ਆਪਣੇ ਇੰਗਲੈਂਡ ਕਿਸ ਜਗ੍ਹਾ 'ਤੇ ਰਹਿੰਦੇ ਸੀ ਕਿਹੜੇ ਸ਼ਹਿਰ 'ਚ ਅਸੀਂ ਗਲਾਸਗੋ 'ਚ ਮੈਂ ਤਾਂ ਜਿਉਂ ਗਈ ਹਾਂ ਗਲਾਸਗੋ 'ਚ ਹੀ ਰਹੀ ਹਾਂ